ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਾਗੋਵਾਲੇ ਟੀਵੀ ਦੇ ਮਾਧਿਅਮ ਦੇ ਰਾਹੀਂ ਆਪ ਜੀ ਦੀ ਸੇਵਾ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ। ਸੋ ਪਿਛਲੇ ਪ੍ਰੋਗਰਾਮਾਂ ਦੇ ਦੌਰਾਨ ਵੀ ਕੋਸ਼ਿਸ਼ ਕੀਤੀ ਸੀ ਕਿ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਕੁਝ ਇੱਕ ਵਿਚਾਰਾਂ, ਕੁਝ ਇੱਕ ਐਸੇ ਵਿਸ਼ੇ ਜਿਹੜੇ ਪੰਥ ਦੇ ਲਈ ਅਤੀ ਜ਼ਰੂਰੀ ਨੇ ਅਤੇ ਸਾਧ ਸੰਗਤ ਦੀ ਜਾਣਕਾਰੀ 'ਚ ਵਾਧਾ ਕਰ ਸਕਦੇ ਨੇ, ਉਹਨਾਂ ਦੇ ਰਾਹੀਂ ਆਪ ਜੀ ਦੀ ਕਚਹਿਰੀ 'ਚ ਪੇਸ਼ ਹੁੰਦੇ ਰਹੀਏ ਅਤੇ ਆਪ ਜੀ ਦੇ ਤੱਕ ਜਾਣਕਾਰੀ ਪਹੁੰਚਾਉਣ ਦਾ ਯਤਨ ਜੋ ਕਰ ਰਹੇ ਹਾਂ ਉਹਦਾ ਸਤਿਗੁਰ ਕਿਰਪਾ ਕਰਕੇ ਸਫਲਤਾ ਬਖਸ਼ਣ ਅਤੇ ਬਹੁਤ ਸੰਗਤਾਂ ਦਾ ਭਰਵਾਂ ਹੁਬਾਰਾ ਮਿਲ ਰਿਹਾ ਹੈ। ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ ਅਤੇ ਜਿੱਥੇ ਸਿੱਖ ਪੰਥ, ਸਿੱਖ ਕੌਮ ਖਾਲਸਾ ਰਾਜ ਦੇ ਉਸ ਸਰਮੌਰ ਜਰਨੈਲ ਦੀਆਂ ਸ਼ਤਾਬਦੀਆਂ ਮਨਾ ਰਹੀ ਹੈ, ਜਗ੍ਹਾ ਜਗ੍ਹਾ ਦੇ ਉੱਪਰ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੇ ਜਿਹੜੇ ਨੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਅਤੇ ਉਸ ਦੇ ਨਾਲ ਦੀ ਨਾਲ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨਾਂ ਦੇ ਜਿਹੜੇ ਹੁਕਮ ਨੇ ਉਹਨਾਂ ਦੇ ਬਾਰੇ ਵੀ ਜਿਹੜੀ ਅੱਜ ਕਈ ਪ੍ਰੋਗਰਾਮ ਦੇ ਵਿੱਚ ਆਪਾਂ ਵਿਚਾਰ ਕਰਨੀ ਹੈ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਸਿੱਖ ਪੰਥ ਦੇ ਉਹ ਸਰਮੌਰ ਨਾਇਕ ਜਿਨ੍ਹਾਂ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਅਤੇ ਖਾਲਸੇ ਨੂੰ ਆਪਣੀਆਂ ਬੁਲੰਦੀਆਂ ਤੱਕ ਪਹੁੰਚਾ ਕੇ ਖਾਲਸਾ ਰਾਜ ਕਾਇਮ ਕੀਤਾ, ਮਾਧੋ ਦਾਸ ਤੋਂ ਗੁਰਬਖਸ਼ ਸਿੰਘ ਅਤੇ ਗੁਰਬਖਸ਼ ਸਿੰਘ ਤੋਂ ਬੰਦਾ ਸਿੰਘ ਬਹਾਦਰ ਤੱਕ ਦਾ ਸਫ਼ਰ ਆਪ ਜੀ ਜਿਹੜਾ ਆ ਉਹ ਜਾਣਦੇ ਹੋਵੋਗੇ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਪੰਥ ਦੀ ਬਹੁਤ ਹੀ ਜਾਣੀ ਪਹਿਚਾਣੀ ਸ਼ਖਸੀਅਤ ਕਮਲਜੀਤ ਸਿੰਘ ਜੀ ਵਣਚੜੀ ਉਹ ਹਾਜ਼ਰ ਨੇ, ਉਹਨਾਂ ਦੇ ਨਾਲ ਬੈਠੇ ਨੇ ਭਾਈ ਚਰਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਬੈਠੇ ਨੇ ਭਾਈ ਸਤਵਿੰਦਰ ਸਿੰਘ ਜੀ। ਆਪ ਜੀ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਕਮਲਜੀਤ ਸਿੰਘ ਜੀ, ਆਪ ਜੀ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਅਸੀਂ ਧੰਨਵਾਦੀ ਹਾਂ ਜੋ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਸੰਗਤਾਂ ਤੱਕ ਜਾਣਕਾਰੀ ਪਹੁੰਚਾਓਗੇ। ਅਤੇ ਮੈਂ ਬਹੁਤਾ ਸਮਾਂ ਨਾ ਲੈਂਦੇ ਹੋਏ ਆਪ ਜੀ ਦੇ ਪਾਸੋਂ ਹੀ ਸੰਗਤਾਂ ਦੀ ਜਾਣਕਾਰੀ ਵਾਸਤੇ ਜਾਣਨਾ ਚਾਹੁੰਦਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ, ਜੇ ਆਪਾਂ ਸੰਖੇਪ ਰੂਪ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਕਰਵਾਈਏ ਜਾਂ ਉਸ ਸਮੇਂ ਵੱਲ ਲੈ ਕੇ ਜਾਣਾ ਹੋਵੇ ਕਿ ਕਿੱਥੋਂ ਲੈ ਕੇ ਅਤੇ ਕਿੱਥੇ ਤੱਕ ਦਾ ਸਫ਼ਰ ਬਾਬਾ ਬੰਦਾ ਸਿੰਘ ਬਹਾਦਰ ਬਣਨ ਤੱਕ ਦਾ ਅਤੇ ਖਾਲਸਾ ਰਾਜ ਦਾ ਸਫ਼ਰ, ਸੰਖੇਪ ਸ਼ਬਦਾਂ 'ਚ ਸੰਗਤਾਂ ਦੀ ਸੇਵਾ ਦੇ ਵਿੱਚ ਜ਼ਰੂਰ ਰੱਖੋ। ਧੰਨਵਾਦ ਵੀਰ ਜੀ। ਸਾਰੇ ਗੁਰਮੁਖਾਂ ਦਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਰੱਜ ਕੇ ਫਤਿਹ ਬੁਲਾਈਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਸ ਨਾਇਕ ਦਾ, ਇਸ ਸੂਰਬੀਰ ਯੋਧੇ ਦਾ ਜੇ ਜੀਵਨ ਆਪਾਂ ਪੜ੍ਹਨ ਲੱਗੀਏ ਤਾਂ ਸ਼ਾਇਦ ਸਾਰੀਆਂ ਜ਼ਿੰਦਗੀਆਂ ਖਤਮ ਹੋ ਜਾਣ ਜੀ। ਇਹਨਾਂ ਦੀ ਕੁਰਬਾਨੀ ਜੇ ਆਪਾਂ ਸੰਗਤ ਦੇ ਸਾਹਮਣੇ ਵਿਸਥਾਰ ਨਾਲ ਰੱਖਣ ਲੱਗੇ ਨਾ, ਅਤੇ ਫਿਰ ਤਾਂ ਬੜਾ ਮੁਸ਼ਕਿਲ ਹੈ ਕਿ ਆਪਾਂ ਥੋੜ੍ਹੇ ਸਮੇਂ 'ਚ ਗੱਲ ਕਰ ਸਕੀਏ। ਤੁਹਾਡਾ ਧੰਨਵਾਦ ਹੈ ਤੁਸੀਂ ਸੰਖੇਪ ਨਾਲ ਕਿਹਾ। ਇਹ ਬੇਨਤੀ ਕਰਾਂਗੇ 1670 ਦੇ ਵਿੱਚ ਪੁਣਛ ਇਲਾਕਾ ਕਸ਼ਮੀਰ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਜੀ। ਜੋ ਉੱਥੋਂ ਬਾਬਾ ਜੀ 15 ਸਾਲ ਦੀ ਉਮਰ ਸੀ, ਬੱਚੇ ਕਿਤਾਬਾਂ ਵਿੱਚ ਵੀ ਪੜ੍ਹਦੇ, ਛੋਟਾ ਜਿਹਾ ਇਤਿਹਾਸ ਜਿਹੜਾ ਮੈਂ ਉਹ ਦੱਸਣਾ ਜ਼ਰੂਰੀ ਸਮਝਾਂਗਾ ਜੀ। 15 ਸਾਲ ਦੇ ਵਿੱਚ ਇੱਕ ਸੂਰਵੀਰਾਂ ਦਾ ਪਰਿਵਾਰ ਹੋਣ ਕਰਕੇ, ਛਤਰੀਆਂ ਦਾ ਪਰਿਵਾਰ ਹੋਣ ਕਰਕੇ, ਸ਼ਿਕਾਰ ਖੇਡਣ ਦੀ ਆਦਤ ਤੋਂ ਕਿਤਾਬਾਂ ਵਿੱਚ ਵੀ ਪੜ੍ਹਦੇ ਰਹੇ, ਆਮ ਲੋਕ ਸੁਣਾਉਂਦੇ ਵੀ ਨੇ ਜੀ। ਇੱਕ ਸ਼ਿਕਾਰ ਹਿਰਨੀ ਦਾ ਸ਼ਿਕਾਰ ਕੀਤਾ, ਉਹਦੇ ਪੇਟ ਦੇ ਵਿੱਚੋਂ 2 ਬੱਚੇ ਤੜਫ ਤੜ ਕੇ ਮਰਦੇ ਵੇਖੇ। ਉੱਥੋਂ ਵੈਰਾਗ ਹੋ ਗਿਆ, ਪੰਜਾਬ ਦੀ ਧਰਤੀ 'ਤੇ ਆਏ, ਉੱਥੋਂ ਜਾਨਕੀ ਦਾਸ ਦੀ ਸੰਗਤ ਹੋਈ। ਜਾਨਕੀ ਦਾਸ ਨੇ ਕਾਫ਼ੀ ਇਹਨਾਂ ਨੂੰ ਤਾਂਤਰਿਕ ਵਿੱਦਿਆ ਹੋਰ ਕਾਫ਼ੀ ਕੁਛ ਸਿਖਾਇਆ ਅਤੇ ਨਾਂ ਇਹਦਾ ਰੱਖਿਆ ਮਾਧੋ ਦਾਸ ਜੀ। ਮਾਧੋ ਦਾਸ ਨੂੰ ਇੱਥੇ ਵੀ ਤਸੱਲੀ ਨਹੀਂ ਹੋਈ, ਫਿਰ ਇਹ ਨਦੇੜ ਦੇ ਇਲਾਕੇ ਵਿੱਚ ਗਿਆ। ਬੜਾ ਸਫ਼ਰ ਹੈ ਪੰਜਾਬ ਦੀ ਧਰਤੀ 'ਤੇ ਇੱਕ ਕੋਲ ਨਹੀਂ ਜੀ, ਕਈਆਂ ਉਸਤਾਦਾਂ ਕੋਲ ਆਪਣਾ ਜਿਹੜਾ ਉਹ ਜਿਹੜਾ ਜੀਵਨ ਇਹਨੇ ਬਿਤਾਉਣਾ ਕੀਤਾ, ਥੋੜ੍ਹੇ ਬੰਦਿਆਂ ਕੋਲ ਨਹੀਂ, ਬਹੁਤਿਆਂ ਜ਼ਿਆਦਾ ਕੋਲ ਜੀ, ਜਿਹਨਾਂ ਕੋਲ ਇਹਨੇ ਰਿੱਧੀਆਂ ਸਿੱਧੀਆਂ ਤਾਂਤਰਿਕ ਵਿੱਦਿਆ ਪ੍ਰਾਪਤ ਕੀਤੀ, ਜਿਹਨਾਂ ਦਾ ਨਹੀਂ ਕਰ ਸਕਦੇ ਥੋੜ੍ਹੇ ਸਮੇਂ ਦੇ ਵਿੱਚ ਜੀ। ਪਰ ਮਨ ਨੂੰ ਤਸੱਲੀ ਨਹੀਂ ਮਿਲੀ, ਫਿਰ ਵੀ ਜਿੰਨਾ ਕੁਝ ਸੀਗਾ ਉਹ ਲੈ ਕੇ ਨਦੇੜ ਪਹੁੰਚੇ ਨੇ। ਨਦੇੜ ਦੀ ਧਰਤੀ ਧਰਤੀ 'ਤੇ ਕਾਫ਼ੀ ਚੱਲੇ, ਮਹਾਰ ਸੱਚੇ ਪਾਤਸ਼ਾਹ 90-91 'ਚ ਉੱਥੇ ਪਹੁੰਚੇ ਨੇ ਨਦੇੜ ਦੀ ਧਰਤੀ 'ਚ ਜੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਉੱਥੇ ਪਹੁੰਚੇ, ਉਹ ਵੀ ਇਤਿਹਾਸ ਸਾਰੀ ਸੰਗਤਾਂ ਤਕਰੀਬਨ ਜਾਂਦੀਆਂ ਨੇ। ਮਾਲਕ ਨੇ ਇਹਦੇ ਇਲਾਕੇ ਦੇ ਵਿੱਚ ਇਹਦੀ ਦਹਿਸ਼ਤ ਸੀ ਪੂਰੀ ਜੀ, ਅਤੇ ਜਿਹੜਾ ਆਪਦਾ ਡੇਰਾ ਸੀ, ਜਿਵੇਂ ਅੱਜ ਵੀ ਡੇਰੇ ਬਣੇ ਨੇ, ਆਪਦਾ ਡੇਰਾ ਸੀ, ਆਪਣੀ ਮਾਲਕੀਤ ਬਣਾਈ ਸੀ ਜੀ, ਭਾਵੇਂ ਉੱਥੇ ਜਾ ਕੇ ਜਿਹੜਾ ਮੱਲ ਲੈਂਦਾ ਸੀ ਉਹ ਮਾਲਕੀਤ ਬਣਾ ਲੈਂਦਾ ਸੀ। ਉਸ ਮਾਲਕੀ ਦੇ ਵਿੱਚ ਆਪਣੇ ਚੇਲੇ ਚਾਡਰੇ ਵੀ ਰੱਖੇ ਹੋਏ ਸਨ, ਜੋ ਇਹਦੀ ਸ਼ਕਤੀਆਂ ਦੀ ਤਾਂਘ ਉੱਥੇ ਜੰਮੀ ਹੋਈ ਸੀ, ਚਾਰ ਸਪੇਰੀ ਲੋਕ ਮੰਨਦੇ ਸੀ, ਜੋਹਾ ਮੰਨਦੇ ਸੀ ਇੱਥੀਆਂ ਜਗਤ ਸ਼ਕਤੀਆਂ ਦਾ। ਤੋ ਚੇਲੇ ਚਾਟਣਿਆਂ ਕੋਲ ਵੀ ਥੋੜ੍ਹੀਆਂ ਬਹੁਤੀ ਸ਼ਕਤੀਆਂ ਸੀ, ਇਹ ਨਹੀਂ ਵੀ ਉਹ ਵੀ ਮਾੜੀ ਮੋਟੀ ਹੈਸਤ ਸੀ ਉਹਨਾਂ ਕੋਲ ਵੀ ਜੀ। ਇਹ ਕਹਿ ਲਓ ਕਿ ਇੱਕ ਚੈਲੰਜ ਸੀ ਇਹਦੇ ਵੱਲੋਂ ਵੀ, ਕੋਈ ਪਲੰਘੇ 'ਤੇ ਕੋਈ ਮੇਰੇ 'ਤੇ ਕੋਈ ਬੈਠ ਜਾਏ ਅਤੇ ਮੇਰੇ ਚੇਲੇ ਹੀ ਉਲਟਾ ਆ ਕੇ ਪਲੰਘਾ ਜਿਹੜਾ ਉੱਪਰਾ ਸੁੱਟ ਦਿੰਦੇ ਰਹੇ ਕਿ ਮੇਰਾ ਤਾਂ ਸਾਹਮਣਾ ਕੋਈ ਕੀ ਕਰ ਸਕਦਾ, ਮੇਰੇ ਚੇਲਿਆਂ ਦਾ ਕੋਈ ਸਾਹਮਣਾ ਨਹੀਂ ਕਰ ਸਕਦਾ ਜੀ। ਭਾਵ ਕਹਿੰਦਾ ਕਿ ਮਾੜੀ ਮੋਟੀ ਹਸਤੀ ਨਹੀਂ ਸੀ, ਪਹਿਲੇ ਵੀ ਇਹ ਪਰ ਉਹ ਹਸਤੀ ਨੂੰ ਚੰਗੀ ਨੁਹਾਰ ਨਹੀਂ ਸੀ ਮਿਲੀ। ਕਹਿ ਲਓ ਕਿ ਜਿਵੇਂ ਦੁੱਧ ਆ, ਦੁੱਧ ਨੂੰ ਨਹੀਂ ਪਤਾ ਕਿ ਮੇਰੇ ਵਿੱਚ ਦਹੀਂ ਆ, ਮੇਰੇ ਵਿੱਚ ਘਿਓ ਆ, ਮੇਰੇ ਵਿੱਚ ਮੱਖਣ ਆ, ਮੇਰੇ ਵਿੱਚ ਪਨੀਰ ਆ ਜੀ। ਉਹਨੂੰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਸ ਤਰ੍ਹਾਂ ਬਚਨ ਕਹਿ ਰਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਆਖੋ ਜਾਓ, ਦੂਧ ਕਰਮ ਫੁਣ ਸੁਰਤ ਸਮਾਣ ਹੋਏ ਨਿਰਾਸ਼ ਜਮਾਓ। ਹੁਣ ਉਹਦੇ ਵਿੱਚ ਸਿਆਣੀ ਸਵਾਣੀ ਨੇ ਜਾਗ ਲਾਈ, ਭਾਂਡੇ ਨੂੰ ਸਾਫ਼ ਕਰਕੇ ਵਧੀਆ ਤਰੀਕੇ ਦੇ ਨਾਲ, ਪੁਰਾਤਨ ਸਮੇਂ ਭਾਂਡੇ ਨੂੰ ਸਾਫ਼ ਕਰਨਾ, ਫਿਰ ਧੂਫ ਦੇਣੀ, ਫਿਰ ਉਹਦੇ ਵਿੱਚ ਦੁੱਧ ਰੱਖ ਕੇ ਉਹਨੂੰ ਜਾਗ ਲਾਉਣੀ, ਅਤੇ ਸ਼ਗਨ ਦਾ ਵੀ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਹ ਆਨੰਦ ਹੀ ਕੁਝ ਅਲੱਗ ਹੁੰਦਾ ਸੀ, ਰਾਮ ਨਾਮ ਔਰ ਹਰ ਮਹਾਰਾਜ ਸਾਹਿਬ ਕਹਿੰਦੇ ਨੇ। ਪਰ ਹੈ ਤਾਂ ਸਭ ਕੁਝ ਸੀ,
ਰਿਧੀਆਂ ਸਿੱਧੀਆਂ ਨਾਲ ਜੇ ਮਹਾਰਾਜ ਸਾਹਿਬ ਦੇ ਬਚਨ ਨੇ ਰਿਧ ਸਿੱਧ ਅਵਰਾ ਸਾਧ, ਇਹਦੇ ਆਮ ਹੀ ਚੀਜ਼ਾਂ ਨੇ ਨਾ ਗੁਰਸਿੱਖ, ਇਹ ਭਗਤਾਂ ਦੀ ਦਾਸੀ ਵੀ ਹੈ ਜਿਹੜੇ ਗੁਰਸਿੱਖਾਂ ਦੇ ਚਰਨਾਂ ਦੀ ਧੂੜਾ, ਪਰ ਇਹਨੂੰ ਉਸ ਸਮੇਂ ਇਹ ਸੀ ਕਿ ਮੇਰੇ ਕੋਲ ਸਭ ਕੁਝ ਇਹੀ ਹੈ, ਮੇਰੇ ਤੋਂ ਵੱਡਾ ਹੁਣ ਹੈ ਹੀ ਕੋਈ ਨਹੀਂ। ਉੱਥੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਕਿਤੇ ਪਰਾਪੂਰ ਬਲਾਮ ਕਰ ਜਾਗਿਆ, ਜਬ ਰਾਮ ਨਾਮ ਲੱਗ ਗਿਆ, ਪਿਛਲੇ ਕਰਮ ਕਿਤੇ ਜਾ ਕੇ ਇਹਦੇ ਪਿਛਲੇ ਕਰਮਾਂ ਤੋਂ ਬਿਨਾਂ ਤਾਂ ਸਤਿਗੁਰ ਪਾਤਸ਼ਾਹ ਜੀ ਦੇ ਸਤਿਗੁਰ ਭੇਟ ਲਏ ਦੇਵਾ, ਇਹਦੇ ਕਰਮ ਹੀ ਨਹੀਂ ਨਾ ਜਾਗ ਸਕਦੇ, ਕਰਮਾਂ ਤੋਂ ਬਿਨਾਂ ਮਾਲਕ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਦੇ। ਬਿਲਕੁਲ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਹੁੰਚੇ ਤੇ ਪਲੰਘੇ ਤੇ ਬੈਠੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਦੋ ਤੀਰ ਅਗਲੇ ਦੋਵਾਂ ਪਾਵਿਆਂ ਦੇ ਵਿੱਚ ਖਵਾ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਸਾਹਿਬ ਨੂੰ ਪਤਾ ਸੀ ਅੰਤਰੀਆਮੀ ਪ੍ਰਭੂ ਦੱਸਦੇ ਘੱਟ ਕਰਕੇ ਅੰਦਰ ਕੀ ਜਾਣਦੀ, ਖਰਤੂਤ ਇਹੋ ਜਿਹੀ ਕਰਨਗੇ ਚੇਲੇ ਦੇ। ਬੜੀ ਉਹਨਾਂ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ, ਉਹ ਢਿੱਡਲ ਜੇ ਚੇਲੇ ਜਾ ਕੇ ਭੱਜੇ ਗਏ। ਮਦਦ ਦੱਸਾਂ ਗੱਲ ਇਸ ਤਰ੍ਹਾਂ ਵੀ ਤੇਰਾ ਮੰਜਾ ਅੱਜ ਅਸੀਂ ਜਿਹੜਾ ਨਾ ਉੱਥੇ ਬੈਠੇ ਪੀਰ ਨੂੰ ਅਸੀਂ ਅੱਜ ਉਲਟਾ ਨਹੀਂ ਸਕੇ, ਆਪਣੇ ਘਰ ਵਿੱਚ ਹੀ ਕੋਈ ਇਹੋ ਜਿਹੀ ਹਸਤੀ ਆ ਗਈ ਹੈ, ਪਰ ਉਹ ਆਮ ਬੰਦਿਆਂ ਵਰਗਾ ਬੰਦਾ ਨਹੀਂ ਹੈ, ਉਹ ਆਮ ਪੀਰਾਂ ਫਕੀਰਾਂ ਵਰਗਾ ਪੀਰ ਫਕੀਰ ਵੀ ਨਹੀਂ ਹੈ, ਉਹਦੀ ਰੂਹਾਨੀਅਤ ਰੂਹ ਉਹਦੇ ਦਰਸ਼ਨ ਇਹੋ ਜਿਹੇ ਲੱਗਦੇ ਕੋਈ ਰੱਬੀ ਨੂਰ ਹੈ ਕੋਈ, ਇਸੇ ਕਰਕੇ ਸਾਡੇ ਕੋਲ ਤੇਰਾ ਉਹ ਕਾਰਜ ਨਹੀਂ ਹੋ ਸਕਿਆ। ਹੁਕਮ ਤਾਂ ਉਹਦਾ ਸੀ ਕਾਰਜ ਦਾ, ਮਦ ਦੱਸਦੇ ਜੀ। ਜਦੋਂ ਉਹ ਆਇਆ ਸੱਚੇ ਪਾਤਸ਼ਾਹ ਜੀ ਨੇ ਚਾਰੇ ਪਾਵਿਆਂ ਦੇ ਵਿੱਚ ਆਪਣੇ ਤੀਰ ਜਿਹੜੇ ਸੀ ਉਹ ਖਵਾ ਦਿੱਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ। ਪਹਿਲੇ ਦੋ ਅੱਗੇ ਖਵਾਏ ਸੀ, ਦੋ ਮਗਰ ਖਵਾ ਦਿੱਤੇ ਗਰੀਬ ਨਵਾਜ਼ ਜੀ ਨੇ। ਉਹਨੇ ਆਣ ਕੇ ਬੜਾ ਜ਼ੋਰ ਲਾਇਆ ਪਰ ਗੱਲ ਨਹੀਂ ਬਣੀ। ਆਖਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿਉਂਕਿ ਸਤਿਗੁਰੂ ਦੀ ਆਪ ਸ਼ਕਤੀਆਂ ਦੇ ਮਾਲਕ ਸੀ, ਉਹਨਾਂ ਵਿੱਚੋਂ ਕੋਈ ਭੋਰਾ ਕਣਕਾ ਜੀ ਉਹਨੇ ਵੀ ਲੈ ਲਿਆ ਤੇ ਇਹ 'ਚ ਕੀ ਫਰਕ ਪੈਣ ਲੱਗਾ ਸੀ, ਹੈ ਤੇ ਸਤਿਗੁਰੂ ਦੀ ਕਿਰਪਾ ਹੀ ਨਾ। ਜਿਵੇਂ ਗੁਰਬਾਣੀ ਦੇ ਬੋਲ ਨੇ, 24 ਅਵਤਾਰ ਹੋਏ ਨੇ ਵਿਸ਼ਨੂੰ ਜੀ ਦੇ, 16 ਕਲਾ ਸੰਪੂਰਨ ਫਲਿਆ ਅਣਤ ਕਲਾ ਲਏ ਠਾਕੁਰ ਚੜਿਆ, 16 ਕਲਾ ਸੰਪੂਰਨ ਹੋਏ ਨੇ ਤੇ ਇਸ ਤੋਂ ਬਾਅਦ ਹੋਏ ਕੋਈ ਨਹੀਂ ਵਿਸ਼ਨੂੰ ਜੀ ਦੇ 24 ਅਵਤਾਰਾਂ ਤੋਂ ਬਾਅਦ। ਕਹਿਣ ਦਾ ਭਾਵ ਸਤਿਗੁਰੂ ਪਾਤਸ਼ਾਹ ਜੀ ਅਣਤ ਕਲਾ ਦੇ ਮਾਲਕ ਨੇ ਜੀ, ਤੇ ਲੈ ਕੇ ਆਏ ਗੁਰੂ ਨਾਨਕ ਪਾਤਸ਼ਾਹ ਜੀ। ਉਹਨਾਂ 'ਚ ਜੇ ਥੋੜ੍ਹੀ ਬਹੁਤੀ ਮਦਦ ਦੱਸ ਚੋ ਆ ਗਈਆਂ ਤੇ ਕੋਈ ਵੱਡੀ ਗੱਲ ਨਹੀਂ ਜੀ, ਪਰ ਉਹਨੂੰ ਪਤਾ ਨਹੀਂ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਆਖਰ ਚਰਨਾਂ ਵਿੱਚ ਡਿੱਗਿਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਤੇਰਾ ਨਾਂ ਦੱਸਿਆ ਦੇ ਨੇ ਮਾਧੋ ਦਾਸ, ਕਹਿੰਦਾ ਮਹਾਰਾਜ ਹੁਣ ਮੈਂ ਤੁਹਾਡਾ ਬੰਦਾ ਹਾਂ ਜੀ, ਕਿਰਪਾ ਕਰਕੇ ਬੰਦਾ ਬਣਾਓ। ਮਹਾਰਾਜ ਕਹਿੰਦੇ ਫਿਰ ਬੰਦੇ ਵਾਲੇ ਕੰਮ ਕਰ, ਗੁਰਬਾਣੀ ਦੇ ਬੋਲਣ ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਜ਼ ਧਰੋਂ ਕੇ ਪਿਆਰ, ਕਰ ਬੰਦੇ ਤੋਂ ਬੰਦਗੀ ਜਿੱਚਰ ਘੱਟ ਮਹਿਸਾਬ, ਬੰਦਾ ਨਾ ਹੀ ਉਹਦਾ ਜਿਹੜਾ ਬੰਦਗੀ ਕਰਦਾ। ਮਹਾਰਾਜ ਕਹਿੰਦਾ ਮੈਂ ਹੋਈ ਤੁਹਾਡਾ ਸੱਚੇ ਪਾਤਸ਼ਾਹ, ਮੈਂ ਤਾਂ ਹੁਣ ਹੋਈ ਤੁਹਾਡਾ ਗਿਆ, ਸੇਵਾ ਲਓ ਸੱਚੇ ਪਾਤਸ਼ਾਹ ਕਿਰਪਾ ਕਰੋ। ਉੱਥੇ ਨਾਲ ਦੇ ਸਿੰਘਾਂ ਨੇ ਫਿਰ ਇਤਿਹਾਸ ਦੱਸਿਆ, ਸਰਹੰਦ ਵਿੱਚ ਇਹ ਕਹਿਰ ਇਹਨਾਂ ਬੱਚਿਆਂ 'ਤੇ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦੇ ਇਹ ਜਲੂਮ ਢਾਇਆ ਗਿਆ, ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਦਾ ਆਪਦਾ ਸਵਾਰਥ ਹੀ ਕੋਈ ਨਹੀਂ ਸੀ ਜੀ, ਜਿਉਂ ਜਿਉਂ ਗੱਲਾਂ ਸੁਣਦਾ ਹੈ ਅਤੇ ਇਹਦਾ ਜਿਹੜਾ ਹਿਰਦਾ ਨਾ ਪੱਥਰ ਵਾਲਾ, ਸਤਸੰਗ ਜੀ ਯਕੀਨ ਕਰਕੇ ਜਾਣੇ ਉਹ ਮੋਹ, ਉਹ ਇਤਿਹਾਸ ਹੀ ਇਹੋ ਜਿਹਾ। ਸਤਿਗੁਰ ਕਿਰਪਾ ਕਰੇ ਕਿਸੇ ਕਵੀ ਨੇ ਲਿਖਿਆ, ਉਹ ਕਹਿੰਦਾ ਇਹ ਜੀਤ ਦੇ ਜੁਹਾ ਜੁਝਾਰ ਰਾਤ ਆਪਣੀ ਚੁਆਈਏ, ਸਿੱਖੀ ਦੀਆਂ ਫੁੱਲਾਂ ਵਿੱਚ ਮਹਿਕ ਨਵੀਂ ਪਾਈਏ, ਧਰਮ ਵੀ ਵਿਚਾਇਆ ਨਾਲੇ ਸ਼ਾਨ ਰੱਖੀ ਦੇਸ਼ ਦੀ। ਉਹ ਤਰਲਾ ਮਾਰਦਾ ਕਹਿੰਦਾ ਸ਼ਾਨ ਨਾ ਮਿਟਾਓ ਸਿੱਖੋ ਸਿੱਖੀ ਵਾਲੇ ਭੇਸ ਦੀ, ਉਹ ਕਹਿੰਦਾ ਇਤਿਹਾਸ ਵੱਲ ਧਿਆਨ ਮਾਰੋ। ਮੰਦਾ ਸਿੰਘ ਬਹਾਦਰ ਦਾ ਰਿਧੀਆਂ ਸਿੱਧੀਆਂ ਵਾਲਾ ਜਾਂ ਮੰਨ ਲਓ ਕਿ ਪੱਥਰ ਜਿਹੜਾ ਉਹ ਮੋਹ ਹੋ ਗਿਆ ਤੇਰੇ ਜੀ, ਰੋਣ ਲੱਗ ਪਿਆ, ਮਹਾਰਾਜ ਕਿਰਪਾ ਕਰੋ ਹੁਣ ਨਬਲਾਂ ਬੁਲਾਓ, ਮੈਨੂੰ ਸੇਵਾ ਬਖਸ਼ੋ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਇਸ ਤਰ੍ਹਾਂ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਫਿਰ ਪੰਜਾਬ ਦੀ ਧਰਤੀ 'ਤੇ ਭੇਜਿਆ। ਅਤੇ ਵੱਡੀ ਮੈਂ ਕਿਤੇ ਗੱਲ ਕਹਿਣੀ ਚਾਹਾਂਗਾ, ਸਤਿਸੰਗਤ ਜੀ ਮੈਂ ਅੱਜ ਗੁਰਸਿੱਖਾਂ ਨੂੰ ਬੇਨਤੀ ਕਰਾਂ ਵੀ ਗੁਰਸਿੱਖੋ ਸਤਿਗੁਰੂ ਆਪਣੇ ਨਾਲ ਬੜਾ ਹੀ ਪਿਆਰ ਕਰਦੇ ਨੇ, ਇੰਨਾ ਪਿਆਰ ਕਰਦੇ ਨੇ ਮਹਾਰਾਜ ਸਾਹਿਬ ਦੀ ਬਾਣੀ, ਮੈਂ ਇੱਥੇ ਬਚਨ ਤਾਂ ਕਹਿਣ ਲੱਗਾ ਵੀ ਆਪਾਂ ਸਤਿਗੁਰੂ ਪਾਤਸ਼ਾਹ ਜੀ ਸਾਡੇ ਨਾਲ ਪਿਆਰ ਕਰਦੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਬੰਦੇ ਦੀ ਤਰ੍ਹਾਂ ਨਾ ਪਵਣੀ। ਸਤਿਗੁਰੂ ਪਿਆਰ ਦਾ ਸਬੂਤ ਜਿਹੜਾ ਬੰਦਾ ਜਦੋਂ ਚੱਲਿਆ ਨਾ ਉੱਥੋਂ ਹਜ਼ੂਰ ਸਾਹਿਬ ਤੋਂ, ਮਾਲਕ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਕਹਿਣ ਕਿ ਸਾਡਾ ਇੱਕ ਮਿੱਤਰ ਹੈ, ਇੱਕ ਯਾਰ ਹੈ, ਸਾਡਾ ਦੋਸਤ ਆ ਸਾਡਾ। ਯਾਰ ਲਫ਼ਜ਼ ਉਸ ਸਮੇਂ ਉਹਨੂੰ ਦਿੱਤਾ ਜਾਂਦਾ ਸੀ ਜਿਹਦੇ ਵਿੱਚੋਂ ਪਰਮੇਸ਼ਰ ਦਿਸਦਾ ਸੀ। ਫਿਰ ਚੌਥੇ ਪਾਤਸ਼ਾਹ ਦੇ ਬਚਨ ਨੇ ਸੁਣ ਯਾਰ ਹਮਾਰੇ ਸੱਜਣ, ਮਹਾਰਾਜ ਸਾਹਿਬ ਨੇ ਯਾਰ ਪਰਮੇਸ਼ਰ ਨੂੰ ਸੰਬੋਧਨ ਕਰਕੇ ਕਿਹਾ, ਹੁਣ ਤਾਂ ਗਾਉਣ ਵਾਲਿਆਂ ਦਾ ਬੜਾ ਕਰਕੇ ਜੇ ਇਹਨਾਂ ਯਾਰੀ ਦੇ ਪੱਲੇ ਰਹਿਣੀ ਕੱਖ ਨਹੀਂ ਦਿੱਤਾ, ਪਰ ਪਰਮੇਸ਼ਰ ਕਿਰਪਾ ਕਰੇ ਜਿਹਨਾਂ ਨੂੰ ਇਹਦੀ ਕਦਰ ਹੈ ਉਹ ਉਹਨਾਂ ਨੂੰ ਕਦਰ ਜੀ। ਮਹਾਰਾਜ ਕਹਿੰਦੇ ਸਾਡਾ ਸਦੌੜੇ ਇੱਕ ਯਾਰ ਸੀ ਸਾਡਾ, ਉਹਦਾ ਪਰਿਵਾਰ ਜਿਹੜਾ ਨਾ ਉਹ ਕੋਹਲੂ ਵਿੱਚ ਪੀੜਿਤ ਆ ਗਿਆ ਜੀ, ਜਿਹੜਾ ਇਹਦਾ ਪਰਿਵਾਰ ਸੀ, ਬਾਕੀ ਤਾਂ ਉਹਨੇ ਸ਼ਹੀਦ ਕਰਵਾ ਤੇ, ਸਭ ਪਿਤਾ ਸਮੇਤ ਹੀ ਆਪਣੇ ਬੇਟੇ ਆਪਣੇ ਮਰੀਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਕਰ ਦਿੱਤੇ। ਸਭ ਤੋਂ ਪਹਿਲਾਂ ਇਹ ਨਹੀਂ ਕਿਹਾ ਵੀ ਹਾਂ ਤੇਰੇ ਮਨ 'ਚ ਸਤਿਕਾਰ ਬਣਿਆ ਉਹ ਸਾਹਿਬਜ਼ਾਦਿਆਂ ਦਾ, ਪਰ ਉਹਨਾਂ ਦਾ ਬਦਲਾ ਮਗਰੋਂ ਨਵੀਂ ਪਹਿਲੇ ਮੇਰੇ ਮਿੱਤਰ ਯਾਰ ਗੁਰਸਿੱਖ ਦਾ ਬਦਲਾ ਪਹਿਲੇ ਲੈਣਾ, ਇਹ ਗੱਲ ਯਾਦ ਰੱਖ। ਇੰਨਾ ਪਿਆਰ ਸਤਿਗੁਰੂ ਸਾਡੇ ਨਾਲ ਕਰਦੇ ਸੀ, ਇੰਨਾ ਸਤਿਕਾਰ ਸਤਿਗੁਰੂ ਸਾਡੇ ਨਾਲ ਕਰਦੇ ਸੀ, ਮਹਾਰਾਜ ਸਾਹਿਬ ਆਪਦਾ ਸਵਾਰਥ ਹੀ ਕੋਈ ਨਹੀਂ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਹਦਾਇਤ ਦੇ ਕੇ ਤੇ ਫਿਰ ਬੰਦੇ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਭੇਜਿਆ ਗਿਆ ਸੱਚੇ ਪਾਤਸ਼ਾਹ ਜੀ ਜੀ। ਬਾਕੀ ਦੇ ਵਿਸਥਾਰ ਜੀਵਨ ਦਾ ਕਰਨ ਲੱਗੀ ਤੇ ਸ਼ਾਇਦ ਜ਼ਿੰਦਗੀਆਂ ਖਤਮ ਹੋ ਜਾਣ। ਤੇ ਬਾਬਾ ਜੀ ਇੱਥੇ ਨਾਲ ਦੀ ਨਾਲ ਇੱਕ ਛੋਟਾ ਜਿਹਾ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ, ਕਿਉਂਕਿ ਕਈ ਵਾਰ ਕਥਾਵਾਚਕ ਪ੍ਰਚਾਰਕ ਕੁਛ ਐਸੀਆਂ ਗੱਲਾਂ ਸੁਣਾ ਦਿੰਦੇ ਨੇ ਜਾਂ ਕੁਛ ਐਸੇ ਤੱਤ ਵਿੱਚ ਰੱਖ ਜਾਂਦੇ ਨੇ ਜਿਹੜੇ ਸੰਗਤ ਦੇ ਮਨ ਨੂੰ ਭੁਲੇਖਾ ਪਾ ਜਾਂਦੇ ਨੇ। ਸੋ ਜਦੋਂ
ਤੇ ਉੱਥੇ ਉਹ ਬੱਕਰੇ ਜਿਹੜੇ ਖਾਧੇ ਗਏ, ਇਹਦੇ ਵਿੱਚ ਕਿੰਨੀ ਸੱਚਾਈ ਹੈ? ਇਸ ਪੁਆਇੰਟ ਤੇ ਮੈਂ ਥੋੜ੍ਹੀ ਬੇਨਤੀ ਕਰਾਂ ਸਤਿਸੰਗ ਜੀ, ਮੈਂ ਇੱਕ ਬੈਂਡ ਵਿੱਚ ਕਹਿ ਚੁੱਕਿਆ ਪਹਿਲਾਂ ਹੀ ਜੀ ਵੀ ਜੇ ਤਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਆਪਾਂ ਦੇਖਣਾ ਵੀ ਸਤਿਗੁਰ ਮੇਰਾ ਮਾਰਜੀ ਵਾਲੇ, ਇੱਕ ਨਾ ਸੈਮੀਨਾਰ ਹੋਇਆ ਜੀ, ਮੈਂ ਨਾਂ ਨਾ ਲਵਾਂ ਜੇ ਤੁਹਾਡੀ ਇਜਾਜ਼ਤ ਹੋਏ ਤੇ, ਮੈਂ ਕਦੀ ਡਰਿਆ ਤੇ ਹੈ ਨੀ ਨਾਂ ਲੈਣ ਤੋਂ ਜੀ। ਇਹ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਆ ਅੰਮ੍ਰਿਤਸਰ ਸਾਹਿਬ ਜੀ, ਤੇ ਬਾਬਾ ਦੀਪ ਸਿੰਘ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਥੋੜ੍ਹਾ ਜਿਹਾ ਗਾਂਹ ਜਾ ਕੇ ਦਰਬਾਰ ਸਾਹਿਬ ਨੂੰ ਜਾਵਾਂਗੇ ਨਾ ਜੀ, ਰਸਤੇ ਵਿੱਚ ਆਏਗਾ ਪੁਰਾਣਾ ਸਕੂਲ ਹੈ ਸ਼੍ਰੋਮਣੀ ਕਮੇਟੀ ਦਾ ਜੀ। ਉੱਥੇ ਸੈਮੀਨਾਰ ਹੋਇਆ ਤੇ ਦੱਸਦਾ ਵੀ ਵਿਦਿਆਰਥੀ ਸੀ, ਉੱਥੇ ਗੱਲ ਕੀ ਵੀ ਫਿਰ ਮੈਂ ਪੰਕਤੀ ਪੜ੍ਹ ਲੱਗਾ ਵੀ ਸਤਿਗੁਰ ਮੇਰਾ ਮਾਰਜੀ ਵਾਲੇ, ਉਹ ਕਹਿੰਦੇ ਨਹੀਂ ਨਹੀਂ ਇਹ ਗੱਲ ਨਹੀਂ ਹੈ, ਸਤਿਗੁਰੂ ਅੰਦਰ ਨੂੰ ਮਾਰ ਕੇ ਜਵਾਉਂਦਾ ਜੀ। ਬਿਲਕੁਲ ਸਹੀ ਗੱਲ, ਪਰ ਮੈਂ ਇੱਕ ਗੱਲ ਸਵਾਲ ਕਰਦਾ ਵੀ ਜਿਹੜਾ ਬੰਦਾ ਪਹਿਲੀ ਪੌੜੀ ਤੇ ਨਹੀਂ ਚੜਿਆ ਉਹ ਅਖੀਰਲੀ ਦੇ ਪੌੜੀ ਤੇ ਛਾਲ ਮਾਰ ਕੇ ਡਿੱਗੂ ਗਈ ਥੱਲੇ ਜੀ? ਮਾਫ਼ ਕਰਨਾ, ਜੇ ਉੱਪਰਲੀ ਪੌੜੀ ਤੇ ਜਾਣਾ ਪਹਿਲੇ ਥੱਲੇ ਜਾਓ ਜੀ। ਬਾਣੀ ਪ੍ਰੈਕਟੀਕਲ ਹੈ, ਸਤਿਗੁਰੂ ਨੇ ਜਿੰਨੀ ਬਾਣੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨ ਹੈ, ਕਿਸੇ ਨਾ ਕਿਸੇ ਪ੍ਰਥਾਏ ਉਚਾਰੀ ਹੈ ਜੀ। ਇਹ ਨਹੀਂ ਵੀ ਇਸ ਤਰ੍ਹਾਂ ਗੱਲ ਕਹਿ ਦਿੱਤੀ, ਜੇ ਹੁਣ ਸੱਜਣ ਠੱਗ ਦਾ ਜ਼ਮੀਰ ਮਰਿਆ ਸੀ, ਸਤਿਗੁਰੂ ਨੇ ਤਾਂ ਜ਼ਮੀਰ ਵੀ ਜਗਾਇਆ ਪਰ ਲੋਕਾਂ ਨੂੰ ਮਾਰਦਾ ਸੀ, ਹੁਣ ਲੋਕਾਂ ਨੂੰ ਜੀਵਨ ਦਿੰਦਾ ਜੀ, ਇਹ ਤੇ ਆਸਣ ਕਿੱਥੇ ਰੱਖਾਂਗੇ? ਪੱਖ ਦੋਨੋਂ ਹੀ ਨੇ ਜੀ। ਜੇ ਬਾਹਰੋਂ ਪ੍ਰੈਕਟੀਕਲ ਆਪਾਂ ਬਾਣੀ ਦਾ ਨਾਂ ਦੇਖਾਂਗੇ ਤੇ ਬਾਣੀ ਦੀ ਸ਼ਰਧਾ ਨਹੀਂ ਬਣਦੀ ਸਤਿਗੁਰੂ ਕਿਰਪਾ ਕਰ ਜੀ। ਪੰਜ ਪਿਆਰਾਂ ਦੇ ਸੀਸ ਅਲੱਗ ਕੀਤੇ ਸਤਿਗੁਰੂ ਪਾਤਸ਼ਾਹ ਜੀ ਨੇ, ਕੀ ਗੱਲ ਉਹ ਪੰਜ ਪਿਆਰਾਂ ਦੇ ਦੁਆਰਾ ਸੁਰਜੀਤ ਨਹੀਂ ਕੀਤਾ ਉਹਨਾਂ ਨੂੰ? ਆਪਾਂ ਸਤਿਗੁਰੂ ਨੂੰ ਬੰਦੇ ਦੀ ਥਾਂ ਰੱਖ ਕੇ ਨਾ ਵੇਖੀ ਆਪਾਂ, ਆਮ ਬੰਦੇ, ਕਿਉਂਕਿ ਸਤਿਗੁਰੂ ਦੇ ਤੇ ਪਿਆਰਿਆਂ ਦਾ ਤੇ ਪਰਮੇਸ਼ਰ ਦਾ ਆਮ ਲੋਕਾਂ ਦਾ ਮੇਲ ਨਹੀਂ, ਤੇ ਆਮ ਲੋਕਾਂ ਦਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਮੇਲ ਕਿਵੇਂ ਹੋ ਗਿਆ? ਗੁਰੂ ਕੀ ਬਾਣੀ ਦੇ ਬੋਲ ਨੇ ਭਗਤਾਂ ਦਾ ਸਾਰੀਆਂ ਜੋੜ ਕਦੇ ਨਾ ਆਇਆ ਜੀ, ਉਹਦੇ ਤੇ ਪਿਆਰਿਆਂ ਦਾ ਤੇ ਆਮ ਲੋਕਾਂ ਦਾ ਮੇਲ ਨਹੀਂ ਹੈਗਾ ਜੀ, ਤੇ ਆਪਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਆਮ ਬੰਦੇ ਨਾਲ ਮਿਲਾ ਕੇ ਵੇਖੀਏ ਜੀ। ਇਹ ਲੋਕ ਜਿਹੜੇ ਨੇ, ਇੱਕ ਹੁੰਦਾ ਉੱਤਮ ਵਕਤਾ, ਇੱਕ ਹੁੰਦਾ ਮੱਧਮ ਵਕਤਾ, ਅਸੀਂ ਆ ਮਾਧਿਅਮ ਬਖਤੇ ਜਿਹਨਾਂ ਨੇ ਮਹਾਂਪੁਰਸ਼ਾਂ ਵੱਡੇ ਸੰਤਾਂ ਨੇ ਗਿਆਨੀ ਗੁਰਬੰਦ ਸਿੰਘ ਖਾਲਸਾ ਭਿੰਡਰਾਂਵਾਲੇ ਜਿਹਨਾਂ ਜਿਹੜੀ ਟਕਸਾਲ ਦਾ ਇਹ ਖੰਡਨ ਵੀ ਕਰਦੇ ਨੇ, ਉਸੇ ਟਕਸਾਲ ਦਾ ਨਾਂ ਲੈ ਅਸੀਂ ਸਟੇਜਾਂ ਗਰਮ ਕਰਦੇ ਹਾਂ, ਨਾਂ ਦੇ ਲੈਣੇ ਹੀ ਆ ਨਾ ਆਪਾਂ, ਚਾਹੇ ਤਾਂ ਫਿਰ ਉਹਨਾਂ ਦਾ ਕਿਉਂ ਨਾਂ ਲੈਣੇ? ਆਪਾਂ ਕਿਹੜਾ ਬੰਦਾ ਦੁਨੀਆਂ ਦਾ, ਕਿਹੜਾ ਕਾਲਜ, ਕਿਹੜੀ ਸੰਸਥਾ, ਕਿਹੜੀ ਸੰਤਾਂ ਦਾ ਨਾਂ ਲੈਣੇ ਜੀ, ਮੈਨੂੰ ਦੱਸੋ ਜੀ, ਬਾਅਦ ਵੀ ਦੱਸ ਜੀ। ਉਹ ਸੰਸਥਾ ਜੋ ਸੰਸਥਾ ਉੱਤਮ ਵਕਤਾ ਹੈ ਜੀ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜਾਂ ਜਿੰਨੇ ਇਹ ਬੰਦੇ ਲੁਕਤਾ ਚੀਨੀ ਕਰਨ ਵਾਲੇ ਨੇ, ਇਹਨਾਂ ਮੈਂ ਨਹੀਂ ਮੈਂ ਕੁਰਬਾਨੀ ਕੀਤੀ, ਪਰ ਮੈਂ ਉੱਥੇ ਆ ਜਾਣਾ, ਮੈਂ ਦੱਸਦਾ ਤੁਹਾਨੂੰ ਵਿਸ਼ਾ ਉੱਥੇ ਆ ਜਾਣਾ। ਸਤਿਗੁਰੂ ਕਿਰਪਾ ਕਰੇ, ਮੈਂ ਨਾ ਵੀ ਸਤਿਗੁਰੂ ਪਾਤਸ਼ਾਹ ਜੀ ਸਵਾਲ ਉਹ ਬੰਦਾ ਕਰਦਾ ਜਿਹੜਾ ਸਤਿਗੁਰੂ ਆਮ ਬੰਦੇ ਵਰਗਾ ਵੇਖਦਾ ਜੀ। ਸਤਿਗੁਰੂ ਦੇ ਮੈਂ ਤੁਹਾਨੂੰ ਦੋ ਐਗਜ਼ਾਮਪਲ ਦੇ ਦਿੱਤੇ, ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੀ ਗੱਲ ਤਾਂ ਪਿਆਰਾਂ ਦਾ ਤੇ ਉਹ ਆਮ ਲੋਕਾਂ ਦਾ ਫਰਕ ਹੈ, ਭਗਤਾਂ ਦੀ ਚਾਲ ਨਾਲੀ ਚਾਲ ਨਾਲੀ ਭਗਤਾਂ ਕੇ ਦੇਖ ਮਾਰ ਕਰਾਂ। ਸਤਿਗੁਰੂ ਜੇ ਪੰਜਾਂ ਪਿਆਰਿਆਂ ਨੂੰ ਸੁਰਜੀਤ ਕਰ ਸਕਦੇ ਨੇ, ਇਹ ਤੇ ਉਹ ਨਹੀਂ ਮੰਨਦੇ ਜੀ, ਉਹ ਆਦੇ ਹੋਏ ਨਹੀਂ ਮਹਾਰਾਜ ਸਾਹਿਬ, ਬੱਕਰੇ ਝੜਕਾਏ ਕਿੰਨੇ ਲੈ ਕੇ ਦਿੱਤੇ ਬੱਕਰੇ, ਬੱਕਰੇ ਅੰਦਰ ਬਹਿੰਦੇ ਸੀ, ਬੱਕਰਿਆਂ ਨੇ ਅੰਦਰ ਆਵਾਜ਼ ਨਹੀਂ ਦਿੱਤੀ, ਮੈਂ ਨਹੀਂ ਕੀਤੀ, ਬੱਕਰਾ ਦੇਖ ਬੰਨਦੀ ਘਰ ਨੂੰ ਭੰਬਲਪੁਰ ਸਿਰ ਪਾਉਂਦਾ ਭਾਵੇਂ ਰਜਿਆ ਹੋਵੇ, ਉਹ ਪੰਜ ਬੰਦੇ ਸੀ, ਕਿੱਥੋਂ ਲਿਆਂਦੇ ਸਿਰ ਵੱਡੇ ਮਗਰੋਂ ਕਿੱਧਰ ਚਲੇ ਗਏ, ਉਹ ਸਿਰ ਉਹਨਾਂ ਦੀ ਖਲ ਕਿੱਧਰ ਗਈ? ਉਹ ਸਤਿਗੁਰੂ ਪਾਤਸ਼ਾਹ ਜੀ ਬੰਦੇ ਨੂੰ ਮਾਰ ਕੇ ਜਿੰਦਾ ਕਰ ਸਕਦੇ ਜੀ, ਉੱਥੇ ਬੱਕਰੇ ਵੱਢਦੇ ਤੇ ਕੀ ਹੋ ਗਿਆ ਜੀ? ਇਹ ਤਾਂ ਸਤਿਗੁਰੂ ਦਾ ਖੇਲ ਆ, ਸਤਿਗੁਰੂ ਪਾਤਸ਼ਾਹ ਕਿਸੇ ਨੂੰ ਵੱਢ ਦੇਣ, ਕਿਸੇ ਨੂੰ ਮਾਰ ਲੈਣ, ਕਿਸੇ ਨੂੰ ਰੱਖ ਲੈਣ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਇਸ ਕਰਕੇ ਮੈਂ ਇਹ ਗੱਲ ਕਹੂੰ ਜੇ ਬੱਕਰੇ ਵੱਢੇ ਵੀ ਆ ਉਹ ਸਤਿਗੁਰੂ ਵੱਢ ਸਕਦੇ ਨੇ, ਇਹ ਕੋਈ ਸ਼ੰਕੇ ਵਾਲੀ ਗੱਲ ਨਹੀਂ ਹੋਈ। ਗੁਰਬਾਣੀ ਦੇ ਐਗਜ਼ਾਮਪਲ ਬਤਾਓ, ਮੈਂ ਨਹੀਂ ਕਹਿ ਸਕਦਾ, ਗੁਰਬਾਣੀ ਦਾ ਹਵਾਲਾ ਦੇ ਕੇ ਕਵੇ ਕੋਈ ਵੀ ਸਤਿਗੁਰੂ ਨਹੀਂ ਵੜ ਸਕਦੇ, ਸਤਿਗੁਰੂ ਦੀ ਬਾਣੀ ਜਦ ਸਾਹਿਬ ਪੜ੍ਹਦੇ ਜ਼ੋਰ ਨਾਲ ਜੀਵਨ ਮਰਨ ਨਾ ਜ਼ੋਰ, ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਪ੍ਰਭ ਭਾਵ ਹੈ ਹਰ ਗੁਣ ਪੱਖ ਹੈ, ਇਸ ਕਰਕੇ ਇਹ ਚੀਜ਼ ਹੋ ਸਕਦੀ ਹੈ, ਹੋਈ ਵੀ ਹੈ ਜੋ ਵੱਡੇ ਸੰਤਾਂ ਕੋਲ ਸੁਣੀ ਜਾਂਦੇ ਜੀ। ਬਿਲਕੁਲ, ਤੇ ਸੁੰਦਰ ਸਿੰਘ ਜੀ, ਮੇਰੇ ਖਿਆਲ ਤੁਸੀਂ ਇਸ ਵਿਸ਼ੇ ਦੇ ਉੱਪਰ ਥੋੜ੍ਹਾ ਜਿਹਾ ਚਾਨਣ ਪਾਉਣਾ ਚਾਹੁੰਦੇ ਹਾਂ, ਅਤੇ ਖਾਸ ਤੌਰ 'ਤੇ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਿੱਚ, ਕਿਉਂਕਿ ਉਹਨਾਂ ਦੀ ਕੁਰਬਾਨੀ ਜਾਂ ਉਹਨਾਂ ਦਾ ਜਿਹੜਾ ਇਤਿਹਾਸ ਹੈ, ਇੱਕ ਆਪਾਂ ਕਹੀਏ ਸਿੱਖ ਪੰਥ ਦੇ ਵਾਸਤੇ ਅੱਜ ਵੀ ਇੱਕ ਬਹੁਤ ਚਾਨਣ ਮੁਨਾਰਾ, ਉਹਨਾਂ ਦੇ ਜੀਵਨ ਜਦੋਂ ਆਪਾਂ ਵੇਖਦੇ ਹਾਂ, ਬੇਸ਼ੱਕ ਸਤਿਗੁਰ ਦੇ ਮੇਲ ਤੋਂ ਪਹਿਲਾਂ ਦਾ ਜੀਵਨ ਅਤੇ ਸਤਿਗੁਰ ਦੀ ਕਿਰਪਾ ਤੋਂ ਬਾਅਦ ਦਾ ਜੀਵਨ, ਦੋਨੇ ਜੀਵਨ ਜਦੋਂ ਸਾਹਮਣੇ ਰੱਖਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਮਨ ਦੇ ਅੰਦਰ ਵੀ ਇਹ ਆਸ ਫੁੱਟਦੀ ਹੈ ਕਿ ਜੇਕਰ ਅਸੀਂ ਵੀ ਕਿਤੇ ਭੁੱਲ ਗਏ ਹਾਂ ਜਾਂ ਅਸੀਂ ਵੀ ਕਿਤੇ ਸਤਿਗੁਰ ਦੀ ਕਿਰਪਾ ਤੋਂ ਦੂਰ ਹਾਂ, ਜੇ ਅਸੀਂ ਵੀ ਸਤਿਗੁਰ ਦੇ ਚਰਨਾਂ 'ਚ ਚਲੇ ਜਾਈਏ ਤਾਂ ਹੋ ਸਕਦਾ ਸਤਿਗੁਰ ਸਾਨੂੰ ਵੀ ਸੋਝੀ ਬਖਸ਼ ਕੇ ਆਪਣੇ ਸਿੱਖ ਬਣਾ ਲੈਣ, ਕੀ ਕਹਿਣਾ ਚਾਹੋਗੇ ਇਸ ਵਿਸ਼ੇ 'ਤੇ? ਉਹਦੇ ਬਾਰੇ ਮੈਂ ਤਾਂ ਉਹੀ ਬੇਨਤੀ ਕਰੂੰਗਾ, ਆਪਾਂ ਭਾਈ ਸਾਹਿਬ ਤੋਂ ਇੱਕ ਵਿਸਥਾਰ ਨਾਲ ਪੁੱਛਾਂਗੇ ਵੀ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਹੁਕਮ ਲਾਗੂ ਕੀਤੇ ਸੀਗੇ, ਬਿਲਕੁਲ ਆਪਾਂ ਉਸ ਸਟੇਜ ਦੇ ਯਾਦ ਨਾਲ ਅੱਗੇ ਚੱਲ ਕੇ ਉਹਦੇ ਬਾਰੇ ਵੀ ਆਪਾਂ ਪੁੱਛਾਂਗੇ, ਕਿਉਂਕਿ ਬਾਹਲੇ ਬੰਦੇ ਦੇ ਮਤਲਬ ਉੱਥੇ ਜਾ ਕੇ ਭੁਲੇਖਾ ਖਾਂਦੇ ਆ ਜੀ, ਤੇ ਬਾਕੀ ਗੁਰੂ ਸਾਹਿਬ ਨੇ ਤੇ ਜਿਹੜਾ ਬਹਾਦਰ ਸ਼ਾਹ ਨੇ ਮਤਲਬ ਬੇਈਮਾਨੀ ਕੀਤੀ ਨਾ, ਇੱਕ ਕਿਸਮ ਦੀ ਸ਼ੈਤਾਨੀ ਕਰਦਾ ਸੀ ਜੀ, ਉਹਦਾ ਕਰਕੇ ਦੱਸਿਆ ਸੀ ਵੀ ਜੇ ਤੇਰੇ ਕੋਲ ਫੌਜਾਂ ਆ ਤੈਨੂੰ ਅਸੀਂ ਰਾਜਾ ਵੀ ਬਣਾ ਸਕਦੇ, ਦੂਜੇ ਪਾਸੇ ਜੇ ਤੂੰ ਬਦਲ ਗਿਆ ਤੇ ਅਸੀਂ ਇੱਕ ਬੰਦੇ ਦੇ ਮਤਲਬ ਪਿੱਠ ਤੇ ਹੱਥ ਰੱਖ ਕੇ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਤੋਂ ਵੀ ਜਿਹੜਾ ਮਰਜ਼ੀ ਕੰਮ ਕਰਾ ਸਕਦੇ ਉਹ ਤੋਂ ਫਿਕਰ ਆਇਆ ਜੀ, ਤੇ ਆਪ
ਉਹ ਵੀ ਜਾਨਵਰਾਂ ਨੂੰ ਜਿਵੇਂ ਸੱਤਵੇਂ ਪਾਤਸ਼ਾਹ ਪਾਲਦੇ ਸੀ, ਸੱਤਵੇਂ ਪਾਤਸ਼ਾਹ ਨੇ ਜਾਨਵਰਾਂ ਨੂੰ ਪਾਲਣ ਵਾਸਤੇ ਬਣਾਇਆ ਸੀ, ਉਹ ਕਦੀ ਵੀ ਕਿਸੇ ਜੀਵ ਨੂੰ ਨਹੀਂ ਸੀ ਮਾਰਦੇ, ਉਹ ਪਾਲਦੇ ਸੀ, ਲਿਆ ਕੇ ਆਪਣਾ ਇੱਕ ਬਣਾਇਆ ਸੀ ਉਹਨਾਂ ਨੇ ਵੀ। ਇਸੇ ਤਰ੍ਹਾਂ ਮਾਧੋਦਾਸ ਬਰਾਗੀ ਕਹਿੰਦਾ ਸੀ ਕਿ ਪਵਿੱਤਰ ਸਥਾਨ ਆ। ਦਸਵੇਂ ਪਾਤਸ਼ਾਹ ਨੇ ਸਿੰਘਾਂ ਨੂੰ ਕਿਹਾ ਕਿ ਇੱਥੇ ਬੱਕਰਿਆਂ ਦਾ, ਇਹ ਕਹਿੰਦਾ ਵੀ ਮੇਰੇ ਖੂਨ ਨਹੀਂ, ਇੱਥੇ ਕੋਈ ਡੁੱਲ ਸਕਦਾ ਕਿਸੇ ਜਾਨਵਰ ਦਾ ਵੀ, ਤੁਸੀਂ ਬੱਕਰੇ 'ਚ ਟਿਕਾ ਦਿਓ, ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਸਤਿਗੁਰ ਮੇਰਾ ਮਾਰ ਜਵਾਲੇ, ਗੁਰੂ ਮਹਾਰਾਜ ਨੇ ਕੌਤਕ ਵਰਤਾਇਆ ਅਤੇ ਮਾਧੋਦਾਸ ਨੂੰ ਇਹ ਲੈਸਨ ਦਿੱਤਾ ਸੀ ਵੀ ਜੇ ਤੂੰ ਇਸ ਧਰਤੀ ਨੂੰ ਮੰਨਦਾ ਨਾ ਵੀ ਇਹ ਲਹੂ ਨਾਲ ਅਪਵਿੱਤਰ ਹੋ ਗਈ ਹੈ ਡੁੱਲਣ, ਅਤੇ ਜਿਹੜਾ ਸਾਰੇ ਦਾ ਸਾਰਾ ਇਹ ਭਾਰਤ ਦਾ ਇਲਾਕਾ ਆ ਜਿੱਥੇ ਕਰੋੜਾਂ ਦਾ ਲਹੂ ਡੁੱਲ ਗਿਆ, ਉਹ ਪਵਿੱਤਰ ਕਿੱਦਾਂ ਰਹਿ ਗਿਆ, ਤੇਰਾ ਉਹਦੇ ਬਾਰੇ ਕੀ ਵਿਚਾਰ ਆ? ਉਹਦੀ ਅਣਖ ਨੂੰ ਟੁੰਬਿਆ ਸੀ। ਦੂਸਰੇ ਪਾਸੇ ਜਿਹੜੇ ਤਰਕ ਕਰਨ ਵਾਲੇ ਆ ਵੀ ਬੱਕਰੇ ਵੱਢ ਦਿੱਤੇ ਸੀ ਅਤੇ ਸਾਨੂੰ ਤਾਂ ਬੱਕਰੇ ਵੱਢਦੇ ਆ, ਇਹਨਾਂ ਨੂੰ ਪੁੱਛੇ ਵੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਗੰਗਾ ਦੇ ਜਾ ਕੇ ਹਰਿਦੁਆਰ ਅਤੇ ਪਾਣੀ ਜਿਹੜਾ ਸੀ ਪੰਜਾਬ ਵੱਲ ਨੂੰ ਸੁੱਟਿਆ, ਸੂਰਜ ਦੀ ਬਜਾਏ ਚੜ੍ਹਦੇ ਵੱਲ ਦੀ ਬਜਾਏ ਪੱਛਮ ਵੱਲ ਨੂੰ ਸੁੱਟਿਆ, ਇਹ ਹੁਣ ਉੱਥੇ ਜਾ ਕੇ ਵੀ ਪੱਛਮ ਵੱਲ ਨੂੰ ਪਾਣੀ ਕਾਹਤੋਂ ਨਹੀਂ ਸੁੱਟਦੇ ਗੰਗਾ ਦੇ, ਜਿਹੜੇ ਕਹਿੰਦੇ ਸਾਨੂੰ ਉੱਥੇ ਬੱਕਰੇ ਕਰਨੇ ਚਾਹੀਦੇ ਤਾਂ ਇੱਦਾਂ ਕਰ। ਇਹ ਸਿਰਫ ਉਹ ਕਹਿੰਦੇ ਹੁੰਦੇ ਆ ਮਨਮੁਖ ਨਗੌਰਾ ਉਹ ਬਾਤਾਂ ਜਾਣੇ, ਇਹ ਗੱਲ ਇਹਨਾਂ ਦੇ ਦਿਮਾਗ 'ਚ ਵਸੀ ਹੈ। ਚਲੋ ਅੱਗੇ ਇਹਨਾਂ ਕੋਲ ਭਾਈ ਸਾਹਿਬ ਜੀ ਹੁਣੇ ਆਪ ਨੂੰ ਹੋਰ ਅੱਗੇ ਮੈਂ ਆਪਣੇ ਕਵਜੀ ਸਿੰਘ ਜੀ ਤਦੇ ਗੱਲ ਦਾ ਜ਼ਿਕਰ ਕੀਤਾ ਸੀ ਕਿਉਂਕਿ ਕਈ ਵਾਰ ਆਪਣੀ ਜੀਭ ਦੇ ਸਵਾਦ ਨੂੰ ਗੁਰੂ ਦੇ ਸਿਧਾਂਤ ਨਾਲ ਜੋੜ ਕੇ ਇਸ ਤਰ੍ਹਾਂ ਸੰਗਤ ਨੂੰ ਪਰੋਸਿਆ ਜਾਂਦਾ ਹੈ ਕਿ ਜਿਹੜਾ ਆਮ ਸਰੋਤਾ ਕਹਿ ਲਓ ਜਾਂ ਆਮ ਸੰਗਤ ਕਹਿ ਲਓ ਉਹ ਚੀਜ਼ ਨੂੰ ਸੱਚ ਮੰਨ ਲੈਂਦੀ ਹੈ ਵੀ ਵਾਕਈ ਇਹ ਗੱਲ ਸੱਚ ਹੈ। ਅਤੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਪੰਜਾਬ ਦੇ ਵੱਲ ਤੋਰਦੇ ਨੇ ਸਤਿਗੁਰੂ, ਕਿਉਂਕਿ ਗੁਰੂ ਸਾਹਿਬ ਦਾ ਇਤਿਹਾਸ ਜਿੰਨਾ ਕੁ ਦਾਸ ਨੂੰ ਸਰਵਣ ਕਰਨ ਦਾ ਮੌਕਾ ਮਿਲਦਾ ਹੈ ਜਾਂ ਜਿੰਨੀ ਕੁ ਸਤਿਗੁਰ ਸੇਵਾ ਲੈ ਰਿਹਾ, ਸੋ ਜਿੱਥੇ ਸਤਿਗੁਰ ਬਖਸ਼ਿਸ਼ਾਂ ਕਰਦੇ ਸੀ ਉੱਥੇ ਹਿਦਾਇਤਾਂ ਵੀ ਜ਼ਰੂਰ ਦੱਸਦੇ ਸੀ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਮੰਜ਼ਿਲ ਨੂੰ ਹਾਸਲ ਕਿਵੇਂ ਕਰਨਾ ਹੈ, ਉਹਦਾ ਆਪਾਂ ਜੇ ਕਹਿ ਲਈਏ ਕਿ ਇੱਕ ਖਰੜਾ ਆਪਾਂ ਨੂੰ ਦਿੰਦੇ ਸੀ ਵੀ ਇਸ ਨਕਸ਼ੇ ਦੇ ਵਿੱਚ ਤੂੰ ਚੱਲਣਾ ਹੈ, ਜਿੰਨਾ ਚਿਰ ਤੂੰ ਚੱਲੇਗਾ ਸਤਿਗੁਰ ਦੀ ਕਿਰਪਾ ਤੇਰੇ ਨਾਲ ਹੈ, ਅਤੇ ਜੇ ਤੂੰ ਡੋਲਿਆ ਜਾਂ ਜੇ ਤੂੰ ਇਸ ਚੀਜ਼ ਤੋਂ ਬਾਹਰ ਹੋ ਗਿਆ ਤਾਂ ਤੂੰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦਾ ਆਪਾਂ ਬਚਨ ਵੀ ਕਈ ਪੜ੍ਹਦੇ ਹਾਂ ਕਿ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਵੀ ਜੇ ਤੂੰ ਰਹਿਣ ਤੋਂ ਬਾਹਰ ਹੋ ਗਿਆ ਤਾਂ ਮੇਰਾ ਤੇਰਾ ਨਾਤਾ ਕੋਈ ਨਹੀਂ। ਸੋ ਸਤਿਗੁਰ ਦੀਆਂ ਹਦਾਇਤਾਂ ਜਾਂ ਸਤਿਗੁਰ ਦੇ ਬਚਨ ਉਸ ਸਮੇਂ ਦੇ ਸੰਗਤ ਦੇ ਨਾਲ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈਣਾ ਚਾਹੁੰਦੇ ਸੰਖੇਪ 'ਚ ਕੀ ਕੀ ਸਤਿਗੁਰ ਨੇ ਹੁਕਮ ਕੀਤੇ ਅਤੇ ਕੀ ਹਦਾਇਤਾਂ ਨਾਲ ਜਿਹੜੀਆਂ ਉਹ ਦਿੱਤੀਆਂ। ਦੇਖੋ ਮੈਂ ਸੰਗਤ ਨੂੰ ਇੱਕ ਬੇਨਤੀ ਕਰੂੰਗਾ ਹੱਥ ਜੋੜ ਕੇ, ਸਤਿ ਸ਼੍ਰੀ ਅਕਾਲ, ਮੈਂ ਗੱਲਾਂ ਕਹਾਂਗਾ ਮੇਰੇ ਮਗਰ ਨਾ ਲੱਗਿਓ ਜੀ। ਸਤਿਗੁਰੂ ਪਾਤਸ਼ਾਹ ਜੀ ਦੇ ਦੋ ਬਚਨ ਨੇ, ਮਹਾਰਾਜ ਸਾਹਿਬ ਕਹਿੰਦੇ ਭਾਈ ਕੁਝ ਗੱਲਾਂ ਪਰਮੇਸ਼ਰ ਜਾਣਦਾ ਚਾਹੇ ਗੁਰੂ ਸਾਹਿਬ ਜਾਣਦੇ, ਤੀਸਰਾ ਵਿੱਚ ਹੈ ਕੋਈ ਨਹੀਂ ਜੀ, ਅਤੇ ਜਾਂ ਤੀਸਰਾ ਜੋ ਖੋਜਿਆ ਸੋ ਪਾਵੈ, ਜੋ ਬ੍ਰਹਮੰਡੇ ਸੋਈ ਕਿਪਿੰਡੇ ਜੋ ਖੋਜਿਆ ਸੋ ਪਾਵੈ, ਉਹ ਤੀਸਰਾ ਬੰਦਾ ਬਾਅਦ 'ਚ ਆਉਂਦਾ ਜੀ। ਕਰਤੇ ਕਿਵੇਂ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਤੀਸਰਾ ਬੰਦਾ ਇੱਥੇ ਕਿੱਥੋਂ ਆ ਗਿਆ ਜੀ? ਕੁਝ ਮਰਜ਼ਾਦਾ ਪਰਮੇਸ਼ਰ ਜਾਣਦੇ ਚਾਹੇ ਗੁਰੂ ਸਾਹਿਬ ਜਾਣਦੇ, ਉੱਥੇ ਆਪਣੀ ਮਰਜ਼ੀ ਮਰਜ਼ੀਆਂ ਨਾ ਕਰੀਏ ਵੀ ਸਤਿਗੁਰੂ ਪਾਤਸ਼ਾਹ ਉਹ ਨਹੀਂ ਕਹਿ ਸਕਦੇ ਜੀ, ਕਿਉਂ ਨਹੀਂ ਕਹਿ ਸਕਦੇ ਵੀ ਸਤਿਗੁਰੂ ਕੁਝ ਵੀ ਕਰ ਸਕਦੇ? ਬਿਲਕੁਲ, ਜੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਉਹ ਸਮੇਂ ਦੀ ਤਾਕਾਤ ਨੂੰ ਨੁਹਾਰ ਨੂੰ ਬਦਲ ਸਕਦੇ ਆ। ਉਹ ਕਿਸੇ ਸ਼ਾਇਰ ਨੇ ਕਿਹਾ ਮਰਦ ਉਹ ਨਹੀਂ ਹੁੰਦੀ ਜੋ ਜ਼ਮਾਨੇ ਕੇ ਸਾਥ ਚਲਤੇ ਹੈ, ਮਰਦ ਉਹ ਹੁੰਦੀ ਹੈ ਕੁਝ ਜ਼ਮਾਨੇ ਕੋ ਬਦਲ ਦੇਤੇ ਹੈ। ਅਤੇ ਭਾਈ ਗੁਰਦਾਸ ਸਾਹਿਬ ਨੇ ਐਵੇਂ ਮਰਦ ਨਾਲ ਰੱਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਵਹਿ ਪ੍ਰਗਟਿਓ ਮਰਦ ਗੰਬੜਾ ਵਰੀ ਆਮ ਅਕੇਲਾ। ਇਹ ਗੱਲ ਮੈਂ ਤਾਂ ਕਹੀ ਵੀ ਉੱਥੇ ਆਪਾਂ ਬੰਦੇ ਨਾਲ ਮਿਲਾ ਕੇ ਨਾ ਆਪਾਂ ਅਗਲੀ ਇਤਿਹਾਸ ਕਰੀਏ, ਗੁਰਬਾਣੀ ਗੁਰੂ ਸਾਹਿਬ ਨੇ ਉਹ ਹੁਕਮ ਕਿਉਂ ਕੀਤੇ ਜਾਂ ਨਹੀਂ ਕੀਤੇ ਜਾਂ ਕੀਤੇ ਉਹ ਗੁਰੂ ਸਾਹਿਬ ਜਾਣਦੇ, ਅਤੇ ਨੁਕਤਾਚੀਨੀ ਨਾ ਕਰੀਏ ਜੀ। ਦੂਸਰੀ ਗੱਲ, ਇਤਿਹਾਸ ਵਿੱਚ ਅੱਗੇ ਵੀ ਹੁੰਦਾ ਆ ਜਿਹੜਾ ਸੁਣਾਉਂਦੇ ਨੇ ਨੁਕਤਾਚੀਨੀ ਕਰਨ ਵਾਲੇ ਪ੍ਰਭਚਾਰ। ਇਹ ਤੋਂ ਪਹਿਲਾਂ ਮੈਂ ਸਤਿਗੁਰੂ ਪਾਤਸ਼ਾਹ ਜੀ ਨੇ ਬੰਦਾ ਬਹਾਦਰ ਜੋ ਤੋਰਿਆ, ਇੱਕ ਬੇਨਤੀ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਸ਼ੋਰਟਕੱਟ ਵਿੱਚ ਹੀ, ਉਹ ਤੋਂ ਸ਼ੋਰਟਕੱਟ ਦੇ ਤੁਹਾਡੇ ਸਵਾਲ ਦਾ ਜਵਾਬ ਇਹ ਆ, ਸਤਿਗੁਰੂ ਪਾਤਸ਼ਾਹ ਜੀ ਨੇ ਤਿੰਨ ਹਦਾਇਤਾਂ ਕੀਤੀਆਂ ਵੱਡੀਆਂ ਮੇਨ ਜੀ, ਹੁਕਮ ਤਾਂ ਹੋਰ ਵੀ ਬੜੇ ਹੋਣਗੇ ਜੀ, ਜਿਹੜੀ ਮੇਨ ਤਿੰਨ ਹਦਾਇਤਾਂ ਜਿਹੜੀਆਂ ਵੱਡੇ ਮਹਾਂਪੁਰਸ਼ ਜਾਂ ਹੋਰ ਜਿਹਨੇ ਉੱਤਮ ਬਖਤਾ ਮਹਾਂਪੁਰਸ਼ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਅਵਸਥਾ ਵਾਲੇ ਸੁਣਾਉਂਦੇ ਰਹੇ ਨੇ, ਜਿਹੜੇ ਕਿਤਾਬ ਜੀ ਡੱਡੂ ਦਾ ਵਿਰੋਧ ਕਰੀ ਜਾਂਦੇ ਸੀ, ਜੱਗ ਕਹੂਆ ਮੁੱਖ ਚੁੰਚ ਗਿਆ ਨਹੀਂ ਸਾਡਾ ਯਾਰ, ਉਹ ਤਾਂ ਪੜ੍ਹ ਗਈ ਨਾ ਜਦੋਂ ਅਸੀਂ ਪੜਿਆ ਮੂਰਖ ਆ ਕੀ ਇਹ ਸਰਬ ਲੋਕ ਅਹੰਕਾਰ, ਪੜ੍ਹਨਾ ਮਾੜੀ ਗੱਲ ਨਹੀਂ ਵੈਸੇ ਪਰ ਪੜ੍ਹ ਕੇ ਜੇ ਮੂਰਖ ਹੋ ਜਾਈਏ। ਮਹਾਰਾਜ ਸਾਹਿਬ ਨੇ ਬਚਨ ਕੀਤੇ ਵੀ ਭਾਈ ਹੁਣ ਸਤਿਗੁਰੂ ਦੀ ਮਰਜ਼ੀ ਜੋ ਮਰਜ਼ੀ ਗੁਰਸਿੱਖ ਕਰਾਉਣ ਜੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਭਲਾ ਕਰਕੇ ਮਾਨਣ ਵਾਲੇ ਇੱਕ ਪਾਸੇ ਆਨੇ, ਇੱਕ ਪਾਸੇ ਆਨੇ ਮਹਾਰਾਜ ਆਹ ਨਹੀਂ ਹੋ ਸਕਦਾ ਜੀ, ਇਹ ਕੀ ਹੋਇਆ ਵੀ ਇਹ ਨਾਲੇ ਆਪਾਂ ਹੁਕਮ ਕਰਨਾ ਨਾਲੇ ਇੱਕ ਪਾਸੇ ਸਵਾਲ ਜਵਾਬ ਦੋਵੇਂ ਕਰੇ, ਇਹ ਮੈਨੂੰ ਸਮਝ ਨਹੀਂ ਆਈ, ਮੈਨੂੰ ਕੀ ਦਿਆ ਵਾ, ਮੈਂ ਤਾਂ ਬਾਣੀ ਦੀ ਨਹੀਂ ਐਗਜ਼ਾਮਪਲ ਦੇ ਰਿਹਾ ਗੱਲ ਕਹਿਣ ਤੋਂ ਪਹਿਲਾਂ ਵੀ ਕਲੀਅਰ ਹੋ ਜਾਏ ਵੀ ਗੁਰੂ ਸਾਹਿਬ ਕੁਝ ਵੀ ਘਵਾ ਸਕਦੇ ਤੇ ਕਹਿ ਸਕਦੇ ਨੇ, ਉਹ ਆਪਣੀ ਮਰਜ਼ੀ ਦੇ ਮਾਲਕ ਨੇ, ਠੀਕ ਹੈ ਨਾ ਜੀ। ਮਹਾਰਾਜ ਸਾਹਿਬ ਨੇ ਬਚਨ ਕਿਹਾ ਵੀ ਪ੍ਰੇਮੀਆਂ ਹੁਣ ਸਮਾਂ ਨਹੀਂ, ਇੱਥੇ ਗ੍ਰਿਸ਼ਤੀ ਜੀਵਨ ਦਾ ਵਿਰੋਧ ਨਹੀਂ ਹੈ, ਤੂੰ ਵਿਆਹ ਨਹੀਂ ਕਰਾਉਣਾ, ਵਿਰੋਧ ਨਹੀਂ ਆ। ਕਬੀਰ ਜੀ ਦਾ ਇੱਕ ਬਚਨ ਆ, ਕਬੀਰ ਜੀ ਕਹਿੰਦੇ ਕਬੀਰ ਗ੍ਰਿਹੋ ਕਰ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ। ਬੈਰਾਗੀ ਦਾ ਮਤਲਬ ਇੱਕ ਪਾਸੇ ਟੁੱਟ ਜਾਣਾ ਦੂਜੇ ਪਾਸੇ ਜੁੜ ਜਾਣਾ, ਤੂੰ ਹੁਣ ਦੁਨੀਆਂ ਦੇ ਪਾਸੇ ਟੁੱਟ ਗਿਆ, ਤੂੰ ਹੁਣ ਮਰ ਜੀਵੜਾ ਮਰਦ ਅਗੰਬੜਾ
ਮਹਾਰਾਜ ਕਬੀਰ ਜੀ ਕਹਿੰਦੇ ਕਬੀਰ ਗ੍ਰਹਿਓ ਕਰਤਾ ਧਰਮ ਕਰ, ਜੇ ਗ੍ਰਿਸ਼ਤੀ ਹੋਣਾ ਜਾਂ ਤੂੰ ਬੰਧਨਾਂ ਵਿੱਚ ਫਿਰਨਾ, ਉਹ ਸਮਾਂ ਤੇਰਾ ਕੋਈ, ਉਹ ਸਮਾਂ ਨਹੀਂ ਹੈ ਦਿੱਤਾ। ਹੁਣ ਮੰਨ ਲਓ 20 ਸਾਲ 30 ਸਾਲ 25 ਸਾਲ 40 ਸਾਲ ਤੱਕ ਵੀ ਬੰਦਾ ਵਿਆਹ ਕਰਾਉਂਦਾ, ਮੰਨ ਲਓ 45 ਸਾਲ ਦਾ ਬੰਦਾ ਵਿਆਹ ਕਰਾਉਂਦਾ, ਵਿਆਹ 'ਚ ਗਏ ਲੋਕ ਵੀ ਉਂਗਲੀਆਂ ਉਠਾਉਂਦੇ, ਯਾਰ ਬੰਦੇ ਦੇ ਧੌਲੇ ਆ ਕੇ ਉਹਨੂੰ ਸ਼ਰਮ ਚਾਹੀਦੀ ਮਾੜੀ ਮੋਟੀ, ਉਹਨੂੰ ਉਹ ਕੀ ਉਹ ਵਿਰੋਧ ਹੋ ਗਿਆ ਵਿਆਹ ਦਾ? ਨਹੀਂ, ਕਿਸੇ ਚੀਜ਼ ਦੀ ਵੀ ਸੀਮਾ ਹੁੰਦੀ ਵਾਹਿਗੁਰੂ ਜੀ, ਰੋਟੀ ਖਾਣ ਦੀ ਸੀਮਾ, ਪਾਣੀ ਖਾਣ ਦੀ, ਪੀਣ ਦੀ ਸੀਮਾ, ਵੱਧ ਖਾਓਗੇ ਤੇ ਮਾਰੇ ਕਿਤੇ ਖਾਏ ਖਾਏ ਕਰੇ ਵੱਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ। ਇੱਕ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਨ ਖਾਣਾ ਕੱਪੜ ਪਹਿਨਣ ਦੀ ਆ ਜੀ, ਸੀਮਾ ਕਿਸੇ ਚੀਜ਼ ਦੀ ਛਕਣ ਵਾਸਤੇ ਦਿੱਤਾ, ਪਰ ਕਿਸੇ ਹੱਦ ਤੱਕ ਰਹੋ ਯਾਰ। ਮਹਾਰਾਜ ਸਾਹਿਬ ਨੇ ਕਬੀਰ ਜੀ ਕਹਿੰਦੇ ਗ੍ਰਹਿ ਕਰਤਾ ਧਰਮ ਕਰ, ਨਾ ਹੀ ਤਾਂ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ, ਵੈਰਾਗੀ ਹੋ ਕੇ ਉਧਰੋਂ ਟੁੱਟ ਕੇ ਫਿਰ ਦੁਬਾਰਾ ਉਧਰ ਜੁੜੇ, ਇਹ ਤੋਂ ਵੱਡਾ ਅਭਾਗਾ ਹੀ ਕੋਈ, ਇਹ ਤੋਂ ਮਾੜੇ ਕਰਮ ਕੋਈ ਨੀ। ਹੁਣ ਇੱਥੇ ਆਪਾਂ ਗੁਰਬਾਣੀ ਨੂੰ ਕੀ ਜਵਾਬ ਦੇਵਾਂਗੇ? ਮਹਾਰਾਜ ਸਾਹਿਬ ਨੇ ਕਿਹਾ ਵਿਆਹ ਨੀ ਕਰਾਉਣਾ, ਜੰਗਾਂ ਜੁੱਧਾਂ ਦਾ ਸਮਾਂ, ਮਹਾਰਾਜ ਸਾਹਿਬ ਕਿਸੇ ਨੂੰ ਕਹਿਣ, ਨਾ ਕਹਿਣ ਮਹਾਰਾਜ ਸਾਹਿਬ ਦੀ ਮਰਜ਼ੀ ਹੈ ਜੀ। ਤੂੰ ਭਾਈ ਇਹ 'ਚ ਮਹਾਰਾਜ ਸਾਹਿਬ ਨੂੰ ਆਪਾਂ ਕੋਈ ਸ਼ੰਕਾ ਕਰਦੇ, ਇਹ ਤੂੰ ਵਿਆਹ ਨਹੀਂ ਕਰਾਉਣਾ ਜੰਗਾਂ ਜੁੱਧਾਂ ਦਾ ਸਮਾਂ। ਦੂਸਰਾ ਜੀ, ਗੁਰੂ ਨਹੀਂ ਘੁਆਉਣਾ, ਕਿਉਂਕਿ ਬੰਦੇ ਨੂੰ ਗੁਰੂ ਕੀ ਬਾਣੀ ਦੇ ਵਿੱਚ ਬਚਨ ਨੇ ਭੁੱਲਣ ਵਿੱਚ ਕੀ ਆ ਸਭ ਕੋਈ, ਮਹਾਰਾਜ ਸਾਹਿਬ ਨੂੰ ਪਤਾ ਸੀ ਇਹੋ ਜਿਹਾ ਕੁਝ ਹੋਣਾ ਜੀ ਸਤਿਗੁਰੂ, ਇਹ ਕਹੋ ਕਿਵੇਂ ਮਹਾਰਾਜ ਸਾਹਿਬ ਨੂੰ ਪਤਾ ਸੀ? ਬੀਬੀ ਭਾਨੀ ਜੀ ਨੇ ਮੰਗਿਆ, ਮਹਾਰਾਜ ਗੁਰਤਾ ਗੱਦੀ ਘਰ ਵਿੱਚ ਰਹਿ ਜੇ, ਮਹਾਰਾਜ ਸਾਹਿਬ ਨੇ ਕਿਹਾ ਬੱਚੀ ਇਹ ਨੇਤਰਬੰਦ ਕਰ, ਕੁਰਬਾਨੀਆਂ ਦੇਣੀਆਂ ਪੈਣਗੀਆਂ, ਦੇਖ ਲਾ ਦੇਖਿਆ ਉਦੋਂ। ਜੇ ਮਹਾਰਾਜ ਬੀਬੀ ਆਪਣੀ ਬੱਚੀ ਨੂੰ ਵਿਖਾ ਸਕਦੇ ਨੇ ਸਭ ਕੁਝ ਜੀ, ਜੇ ਪ੍ਰੇਮੀ ਮਹਾਰਾਜ ਸਾਹਿਬ ਨੂੰ ਪਤਾ ਨਹੀਂ ਸੀ ਵੀ ਬੰਦਾ ਸਿੰਘ ਬਹਾਦਰ ਕੇ ਬਖਸ਼ੋ ਕੀ ਕਰੂ ਜਾ ਕੇ, ਮਹਾਰਾਜ ਸਾਹਿਬ ਨੂੰ ਪਤਾ ਸੀ, ਮਹਾਰਾਜ ਸਾਹਿਬ ਨੇ ਤਾਂ ਬਚਨ ਕਹੇ ਸੀ। ਗੁਰਬਾਣੀ ਮੁਤਾਬਕ ਮੈਂ ਕਹਿ ਰਿਹਾ, ਗੁਰਬਾਣੀ ਤੋਂ ਬਾਹਰ ਇੱਕ ਵੀ ਗੱਲ ਕਹਾਂ ਤੇ ਮੇਰਾ ਹੱਕ ਨਹੀਂ ਬਣਦਾ ਜੀ। ਮਹਾਰਾਜ ਸਾਹਿਬ ਨੇ ਕਿਹਾ ਵੀ ਜੰਗਾਂ ਜੁੱਧਾਂ ਦਾ ਸਮਾਂ ਮਿੱਤਰਾ ਤੂੰ ਵਿਆਹ ਨਹੀਂ ਕਰਾਉਣਾ, ਗੁਰੂ ਨਾ ਘੁਆਈ ਤੇ ਸਿਰ ਤੇ ਚੌਰ ਨਾ ਫਰਾਈ, ਤਿੰਨ ਹਦਾਇਤਾਂ ਕੀਤੀਆਂ ਸੀ। ਇੱਕ ਆਦਮੀ ਨਹੀਂ ਗੁਰੂ, ਇੱਕ ਆਦਮੀ ਕੋਈ ਗੁਰੂ ਨਹੀਂ ਬਣ ਸਕਦਾ, ਪੰਚ ਖਾਲਸੇ ਹੋਏ ਕੋਈ ਗੁਰੂ ਨਹੀਂ ਹੋ ਸਕਦਾ, ਪੰਚੋ ਗੁਰੂ ਗ੍ਰੰਥ ਕੀ, ਪੰਜੇ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ, ਤਾਬਿਆ ਸਿੱਖਿਆ ਲੋਏ, ਤਾਬਿਆ ਚ ਖੜ ਕੇ ਸਿੱਖਿਆ ਪ੍ਰਾਪਤ ਹੋਵੇ, ਪ੍ਰਕਾਸ਼ ਹੋਵੇ, ਇਸ ਜਾਣੋ ਸਰਬ ਹੀ, ਇਸ ਕਰਕੇ ਜਾਣ ਲੋ ਸਾਰੇ, ਵੇਖੋ ਬੰਦੇ ਬਹਾਦਰ ਕਿੰਨੀ ਕੁਰਬਾਨੀ ਕੀਤੀ, ਜਦੋਂ ਫੁਰਨਾ ਫੁਰਿਆ ਕਿ ਮੈਨੂੰ ਗੁਰਿਆਈ ਦੇਣ, ਬਾਬੇ ਕਾਹਨ ਸਿੰਘ ਤੇ ਮਨੋਹਰ ਸਿੰਘ ਨੇ ਬਾਹੋਂ ਫੜ ਕੇ ਸਾਥਤਾ ਸੀ ਕਿ ਇੱਥੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਹੈ, ਤੂੰ ਗੱਡੀ ਲਾ ਕੇ ਨਹੀਂ ਬੈਠ ਸਕਦਾ, ਚੌਰ ਨਹੀਂ ਕਰਾ ਸਕਦਾ, ਗੁਰੂ ਨਹੀਂ ਕਹਾ ਸਕਦਾ, ਐਡੀ ਕੁਰਬਾਨੀ ਕੀਤੀ ਬੰਦੇ ਬਹਾਦਰ ਨੇ, ਪਰ ਜਦੋਂ ਗੁਰਿਆਈ ਦਾ ਮਾਮਲਾ ਆਇਆ ਉਦੋਂ ਪੰਥ ਨੇ ਵੀ ਪਰਵਾਹ ਨਹੀਂ ਕੀਤੀ ਸੀ, ਹੋਰ ਕਿਸੇ ਨੂੰ ਗੁਰੂ ਕੀ ਬਣਾਉਣਾ ਹੋਇਆ ਸੀ ਉਹਨਾਂ ਨੇ। ਤੇ ਗੁਰਬਾਣੀ ਦੇ ਬੋਲ ਨੇ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੈ ਜੀ। ਦੂਸਰਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ, ਤੇ ਬੰਦਾ ਬਹਾਦਰ ਗੁਰੂ ਥੋੜਾ ਸੀ ਜੀ, ਬੰਦੇ ਬਹਾਦਰ ਦਾ ਵਜੂਦ ਗੁਰੂ ਸਾਹਿਬ ਕਰਕੇ ਸੀ। ਬੰਦਾ ਬਹਾਦਰ ਸਾਡੀ ਅੱਜ ਜਿੰਦ ਜਾਨ ਆ, ਸਾਡੀ ਕੌਮ ਦਾ ਹੀਰਾ ਵਾ, ਸਾਡੀ ਕੌਮ ਦਾ ਲੈਂਟਰ ਆ, ਥੰਮ ਆ, ਪਰ ਗੱਲ ਇਹਨਾਂ ਉਹ ਬੰਦਾ ਬਣਿਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਾ, ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਸੀ ਉਹਦੀ ਕਿਰਪਾ ਨਾਲ ਬਣਿਆ ਪਏ। ਜੇ ਸਤਿਗੁਰੂ ਕਹਿ ਹੀ ਚੁੱਕੇ ਨੇ ਨਹੀਂ ਕਿ ਕਿਰਪਾ ਕੇ ਸਦੀਆ ਮੈਂ ਨਹੀਂ ਮੋਸੋ ਗਰੀਬ ਕਰੋੜ ਪਰੇ, ਇਹਦਾ ਮਤਲਬ ਇਹ ਥੋੜ੍ਹਾ ਵੀ ਗੁਰੂ ਸਾਹਿਬ ਵਰਗੇ ਵਾਕਈ ਕਰੋੜੋਂ ਨੇ ਤੇ ਸਾਡੇ ਵਰਗਾ ਸਾਡੇ ਅਸੀਂ ਨਾ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਹੋਣਾ ਨਹੀਂ। ਉਹਨੇ ਇਹ ਜਦੋਂ ਪੰਜਾਬ ਦੀ ਧਰਤੀ 'ਤੇ ਆਇਆ ਤਾਂ ਸਮਾਂ ਪਾ ਕੇ ਬੰਦੇ ਕੋਲ ਸ਼ੋਹਰਤ ਆ ਜਾਏ ਨਾ, ਉਦੋਂ ਬੰਦਾ ਕੁਝ ਨਾ ਕੁਝ ਹੱਦ ਤੱਕ ਬੰਦਾ ਡਿੱਗ ਸਕਦਾ ਵਾ। ਇਹ ਤੋਂ ਪਿੱਛੇ ਆ ਜਾਓ, ਪੈਂਦੇ ਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਪਾਲਿਆ। ਕੀ ਪੈਂਦੇ ਖਾਂ ਨੇ ਗਲਤੀ ਨਹੀਂ ਕੀਤੀ ਹੈ ਵੀਰ? ਜਿਹੜੇ ਬੰਦੇ ਬਹਾਦਰ ਦੇ ਇਤਿਹਾਸ ਦੇ ਨੁਕਤਾ ਜੀ ਨਹੀਂ ਕਰਦੇ, ਪੈਂਦੇ ਖਾਂ ਦਾ ਇਤਿਹਾਸ ਨਹੀਂ ਸੁਣਾਉਂਦੇ? ਉਹ ਕਹਿੰਦੇ ਕਰ ਨਹੀਂ ਸਕਦਾ ਜੀ, ਉਹ ਕਹਿੰਦੇ ਕਰ ਨਹੀਂ ਸਕਦਾ। ਪੈਂਦੇ ਖਾਂ ਨੇ ਜੇ ਗਲਤੀ ਕੀਤੀ ਫਿਰ ਇਤਿਹਾਸ ਕਿੱਥੇ ਰੱਖਣਗੇ? ਆਪ ਹੀ ਸੁਣਾਉਂਦੇ ਨੇ ਪੈਂਦੇ ਖਾਂ ਨੂੰ ਮਾਰਨ ਕਿਉਂ ਮਾਰਿਆ ਜੀ, ਫਿਰ ਉਹਦਾ ਭਲਾ ਵੀ ਕੀਤਾ ਪਿਛਲੇ, ਇਹ ਘਰ ਦੀ ਪ੍ਰਪਾਟੀ ਆ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗਿਆ ਮਾਰਗ ਪਾਵਾ। ਪੈਂਦੇ ਖਾਂ ਦੇ ਤਰਸ ਖਾਧਾ ਮਾਰਗ ਸੱਚੇ ਪਾਤਸ਼ਾਹ ਨੇ, ਮਹਾਂ ਸਿੰਘ ਨੇ ਕੀ ਕੀਤਾ? ਉਹ ਤੇ ਤਰਸ ਨਹੀਂ ਖਾਧਾ। ਕਿੰਨੇ ਇਤਿਹਾਸ ਦੇਖਦੇ ਆ, ਪਰ ਭਾਈ ਗੁਰਦਾਸ ਸਾਹਿਬ ਜੀ ਘੋੜੇ ਖਰੀਦਣ ਗਏ ਨੇ, ਇਹ ਵੀ ਇਤਿਹਾਸ ਸੀ, ਵਿਰੋਧ ਕਰਨ ਵਾਲਿਆਂ ਕੋਲੋਂ ਮੈਂ ਸੁਣਿਆ, ਇਹਨਾਂ ਕੋਲੋਂ ਵੀ ਸੁਣਿਆ ਕਿ ਸਾਰੇ ਪਾਸ ਸੁਣਨੇ ਪੈਂਦੇ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜੇ ਖਰੀਦਣ ਭੇਜਿਆ, ਜਾ ਕੇ ਦੇਖਿਆ ਵੀ ਉਹ ਪੈਸਿਆਂ ਦੀ ਥਾਂ ਉਹ ਮੋਹਰਾਂ ਦੀ ਥਾਂ ਵਿੱਚ ਠੀਕਰੀਆਂ ਨੇ ਜੀ, ਹੈਰਾਨ ਹੋ ਗਏ। ਉਹਨੇ ਇੱਕ ਚਿਰ ਲਈ ਗਲਤੀ ਹੋਈ, ਮਹਾਰਾਜ ਸਾਹਿਬ ਦੇ ਭਰੋਸਾ ਛੱਡ ਦਿੱਤਾ, ਤੰਬੂ ਪਾੜ ਕੇ ਪਛਾਣ ਦੀ ਭੱਜ ਗਏ ਕਿ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜੀ। ਬਿਲਕੁਲ, ਜੇ ਮਹਾਰਾਜ ਸੱਚੇ ਪਾਤਸ਼ਾਹ ਏਡੇ ਇਤਿਹਾਸ ਦੇ ਇਹਨਾਂ ਨੇ ਪੰਨਿਆਂ 'ਚ, ਉਹਨਾਂ ਨੂੰ ਬਖਸ਼ ਸਕਦੇ ਨੇ ਤੇ ਬੰਦੇ ਬਹਾਦਰ ਨੂੰ ਕਿਉਂ ਨਹੀਂ ਬਖਸ਼ ਸਕਦੇ ਵੀ? ਨਾਲੇ ਗੁਰਬਾਣੀ ਦੇ ਬੋਲ ਨੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬੰਦੇ ਬਹਾਦਰ ਨੇ ਆਣ ਕੇ ਉਹ ਕੰਮ ਕੀਤੇ ਜਿਹੜੇ ਮਹਾਰਾਜ ਸਾਹਿਬ ਨੇ ਹਦਾਇਤ ਨਹੀਂ ਕਿ ਵੀ ਇਹ ਨਹੀਂ ਕਰਨੇ ਜੀ, ਤੇ ਉਦੋਂ ਜ਼ਿਆਦੀਆਂ ਕੁਰਬਾਨੀਆਂ ਕੀਤੀਆਂ। ਉਦੋਂ ਜ਼ਿਆਦੀਆਂ ਸੀਸ ਤਲੀ ਤੇ ਰੱਖ ਕੇ ਮੁੱਠੀ ਭਰ ਲੋਕ ਲੈ ਕੇ, 5 ਕੁ ਸਿੰਘ ਭੇਜੇ ਸੀ, 5 ਤੀਰ ਦੇ ਕੇ ਮਹਾਰਾਜ ਸਾਹਿਬ ਨੇ ਉੱਥੋਂ ਮੁੱਠੀ ਭਰ ਸਿੰਘਾਂ ਦੇ ਸਿਰ ਤੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਥੋੜੇ ਸਮੇਂ 'ਚ ਮੈਂ ਦੱਸ ਨਹੀਂ ਸਕਦਾ, ਪਰ ਇਹ ਪੱਖ ਨੂੰ ਆਖਣਾ ਗੁਰੂ ਸਾਹਿਬ ਜੋ ਮਰਜ਼ੀ ਗੁਰਸਿੱਖ ਨੂੰ ਹਦਾਇਤ ਕਰਦੇ ਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਨੋ, ਹਰ ਹਰ ਕਥਾ ਨਿਰਾਲੀ, ਗੁਰ ਕਹਿਆ ਸਾਕਾਰ ਕਮਾਵੋ। ਗੁਰਸਿੱਖ ਨਹੀਂ ਮੰਨਦਾ
ਸੋ ਸਟੇਜਾਂ ਤੇ ਜਦੋਂ ਇਤਿਹਾਸ ਸੁਣਾਇਆ ਜਾਂਦਾ ਹੈ ਤਾਂ ਉੱਥੇ ਜ਼ਿਕਰ ਕੀਤਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਜਿਹੜਾ ਦਿਲ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ। ਤੇ ਜੇਕਰ ਆਪਾਂ ਇਤਿਹਾਸ ਦੀ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਜ਼ਿਕਰ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਹਾ ਸੀ ਵੀ ਤੁਸੀਂ ਆਪਣਾ ਗ੍ਰਸਤੀ ਜੀਵਨ ਨਹੀਂ ਧਾਰਨ ਕਰਨਾ, ਸੋ ਉਸ ਗੱਲ ਨੂੰ ਸਾਹਮਣੇ ਰੱਖ ਕੇ ਜਦੋਂ ਆਪਾਂ ਇਹ ਇਤਿਹਾਸ ਵੇਖਦੇ ਹਾਂ ਤਾਂ ਇਹ ਗੱਲ ਸਾਨੂੰ ਕਿਸੇ ਹੋਰ ਤਰੀਕੇ ਨਾਲ ਜਾਪਦੀ ਹੈ। ਤੇ ਜਦੋਂ ਅਸੀਂ ਉਹ ਮਾਸੂਮ ਬੱਚੇ ਦੇ ਦਿਲ ਵਾਲੀ ਗੱਲ ਸੁਣਦੇ ਹਾਂ ਤਾਂ ਉਦੋਂ ਸਾਨੂੰ ਜਿਹੜਾ ਇਸ ਇਤਿਹਾਸ ਦੇ ਉੱਤੇ ਮੈਂ ਮਾਫੀ ਚਾਹੁੰਦਾ, ਮੈਂ ਸ਼ੰਕਾ ਨਹੀਂ ਕਰ ਰਿਹਾ, ਪਰ ਸੁਣਨ ਵਾਲੀ ਸੰਗਤ ਨੂੰ ਜਿਹੜਾ ਹੈ ਉਹ ਫਿਰ ਜਾਂ ਇੱਧਰ ਸਵਾਲ ਬਣ ਜਾਂਦਾ ਹੈ ਜਾਂ ਉੱਧਰ ਸਵਾਲ ਬਣ ਜਾਂਦਾ ਹੈ, ਸੋ ਉਹਦੇ ਬਾਰੇ ਕੀ ਸੰਗਤ ਨੂੰ ਜਾਣਕਾਰੀ ਉਹਦੇ ਬਾਰੇ? ਅਸੀਂ ਜੀ ਦੇਖੋ, ਪਹਿਲੀ ਤਾਂ ਗੱਲ ਹੈ ਜਿਹੜਾ ਇਹ ਇਤਿਹਾਸ ਸੱਚਾ ਦਾ ਬੱਚਾ ਵੀ ਮਾਰਿਆ ਗਿਆ, ਮੂੰਹ ਦੇ ਵਿੱਚ ਉਹਦੇ ਟੁਕੜਾ ਵੀ ਪਾਇਆ ਗਿਆ, ਸਾਰਿਆਂ ਨੂੰ ਪਤਾ ਦਿਲ ਦਾ ਟੁਕੜਾ ਪਾਇਆ ਗਿਆ ਜੀ। ਔਰ ਆਪਾਂ ਨੂੰ ਆਪਣੇ ਵਾਸਤੇ ਗੁਰੂ ਦੇ ਕੌਤਕ ਆ ਸਿੱਖਿਆ, ਪਰ ਬਾਅਦੇ ਕਈ ਉਹ ਦਲੀਲ ਇਹ ਦਿੰਦੇ ਆ ਪ੍ਰੋਫੈਸਰ ਡਾਕਟਰ ਜਾਂ ਹੋਰ ਸਾਡੇ ਮਗਰਬੀ ਬੰਦੇ ਲੱਗ ਜਾਂਦੇ ਕਈ ਇੱਕਦਮ, ਨਹੀਂ ਜੀ ਇੱਦਾਂ ਨਹੀਂ ਹੋਏਗਾ, ਉਹ ਜ਼ਿਆਦਾ ਉਸ ਚੀਜ਼ ਦਾ ਪ੍ਰਚਾਰ ਆ ਜੀ, ਤੇ ਉਹ ਨਾਲ ਫਿਰ ਕਹਿ ਦਿੰਦੇ ਆ ਵੀ ਨਹੀਂ ਜੀ ਏਦਾਂ ਕਰ ਨਹੀਂ ਸਕਦਾ ਕਿਉਂਕਿ ਉਹਨੇ ਬੱਚੇ ਦਾ ਦਿਲ ਮੂੰਹ ਚ ਪਵਾਇਆ ਜੀ। ਉੱਥੇ ਫਿਰ ਅਸੀਂ ਸਟੇਜਾਂ ਤੇ ਨਹੀਂ ਬੋਲਦੇ ਹੁੰਦੇ ਕਿਉਂਕਿ ਆਹ ਗੱਲਾਂ ਕਈ ਸਟੇਜਾਂ ਤੇ ਬੋਲਣ ਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਸੰਗਤ ਹੁੰਦੀ ਭੋਲੀ, ਉਹਨਾਂ ਦੀ ਕਲਾਸ ਏਡੀ ਕਈਆਂ ਸਿੱਖਾਂ ਦੀ ਵੱਡੀ ਨਹੀਂ ਹੁੰਦੀ ਵੀ ਉਹ ਕਹਿੰਦੇ ਵੀ ਇਹ ਬੋਲਦਾ, ਪਰ ਅਸੀਂ ਕਹਿੰਦੇ ਵੀ ਜਿਹੜੇ ਬੰਦੇ ਦੁਬਧਾ ਆਪ ਪਾਉਂਦੇ ਆ ਨਾ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ। ਹੁਣ ਇਹ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਮਾਫ਼ੀ ਮੰਗ ਕੇ ਮੈਂ ਦਲੀਲ ਦੀ ਗੱਲ ਹੀ ਕਰਦਾ ਹਾਂ, ਉਹਨਾਂ ਦੀ ਕੁਰਬਾਨੀ ਨੂੰ ਥੱਲੇ ਕਰਨ ਵਾਸਤੇ ਨਹੀਂ, ਸਿਰਫ ਆਪਾਂ ਜੇ ਉਹ ਦਲੀਲ ਦਿੰਦੇ ਆ ਨਾ ਵੀ ਬੱਚੇ ਦਾ ਦਿਲ ਮੂੰਹ 'ਚ ਪਾਉਣ ਵਾਲਾ ਇੱਦਾਂ ਨਹੀਂ ਕਰ ਸਕਦਾ ਵੀ ਅਸੀਂ ਉੱਥੇ ਦਲੀਲ ਦਿੰਦੇ ਹੁੰਦੇ ਹਾਂ ਵੀ ਬੰਦਾ ਸਿੰਘ ਬਹਾਦਰ ਨੂੰ ਬੀੜੀਆਂ ਪਾਈਆਂ ਸੀ, ਉਹ ਕਹਿੰਦੇ ਹਾਂਜੀ ਪਾਈਆਂ ਸੀ, ਸਾਡੀ ਵੀ ਇੱਕ ਖਾਸ ਪੜ੍ਹੇ ਲਿਖੇ ਟੋਪ ਦੇ ਬੰਦੇ ਨਾਲ ਗੱਲ ਵੀ ਹੋਈ, ਅਸੀਂ ਕਿਹਾ ਉਹਨੂੰ ਬੀੜੀਆਂ ਪਾਈਆਂ ਸੀ, ਤੂੰ ਕਹਿ ਕੇ ਹਟਿਆ, ਕਹਿੰਦਾ ਪਾਈਆਂ ਸੀ, ਫੌਜ ਨੇ ਬੰਨਿਆ ਸੀ ਨਾ, ਕਹਿੰਦਾ ਬੰਨਿਆ ਸੀ। ਮੈਂ ਕਿਹਾ ਹੁਣ ਕੁਰਬਾਨੀ ਦੀ ਗੱਲ ਆਉਣ ਲੱਗੀ, ਤੇਰੀ ਦਲੀਲ ਮੁਤਾਬਕ ਅਸੀਂ ਨਹੀਂ ਕਰਦੇ ਕੁਛ ਵੀ, ਮੈਂ ਮਤਲਬ ਸਾਡਾ ਕੋਈ ਹੱਕ ਨਹੀਂ ਕਿਉਂਕਿ ਬੰਦਾ ਸਿੰਘ ਬਹਾਦਰ ਦੀ ਬੜੀ ਕੁਰਬਾਨੀ ਹੈ, ਮਹਾਰਾਜ ਦਾ ਉਹਨੇ ਸਤਿਕਾਰ ਕਾਇਮ ਕੀਤਾ ਮਹਾਰਾਜ ਦੀ ਕਿਰਪਾ ਦੇ ਨਾਲ, ਪਰ ਜਿਹਨੂੰ ਬੇੜੀਆਂ ਪਈਆਂ ਹੋਣ, ਫੌਜ ਲਾਗੇ ਖੜੀ ਹੋਵੇ ਤੇ ਉਹਦੇ ਬੱਚੇ ਦਾ ਦਿਲ ਮੂੰਹ 'ਚ ਪਾਇਆ ਜਾਵੇ, ਜੇ ਬੱਚੇ ਉਹਦੀਆਂ ਬੇੜੀਆਂ ਲਾਈਆਂ ਹੁੰਦੀਆਂ ਫਿਰ ਕਹਿੰਦਾ ਉਹ ਉਹਨੂੰ ਐਂ ਕਰ ਦਿੰਦਾ ਜਿਉਂ ਕਰ ਦਿੰਦਾ। ਮੈਂ ਕਿਹਾ ਹੁਣ ਕੁਰਬਾਨੀ ਦੀ ਗੱਲ ਉਹਦੀ, ਮੀਰ ਮੰਨੂ ਦੀਆਂ ਬੀਬੀਆਂ ਦੀ ਗੱਲ ਸੁਣੀ ਤੂੰ ਕਦੀ? ਕਹਿੰਦਾ ਸੁਣੀ ਆ। ਮੈਂ ਕਿਹਾ ਘੁੰਡ ਕੱਢਣ ਵਾਲੀਆਂ ਬੀਬੀਆਂ ਉਸ ਸਮੇਂ ਦੀਆਂ, ਦੁੱਧ ਰਿੜਕਣ ਵਾਲੀਆਂ, ਮੈਂ ਕਿਹਾ ਉਹਨਾਂ ਨੂੰ ਬੇੜੀ ਪਾਈ ਸੀ ਕਿਸੇ ਨੇ? ਕਹਿੰਦਾ ਨਹੀਂ। ਮੈਂ ਕਿਹਾ ਉਹਨਾਂ ਦੀਆਂ ਕਿਸੇ ਤਰ੍ਹਾਂ ਦੀ ਉਹਨਾਂ ਦੀ ਬੰਧ ਸੀ? ਕਹਿੰਦਾ ਨਹੀਂ। ਮੈਂ ਕਿਹਾ ਉਹਨਾਂ ਝੋੜੀ ਕਰਕੇ ਟੋਟੇ ਦੇ ਹਾਰ ਗੱਲ 'ਚ ਪਵਾਏ ਕਿ ਨਹੀਂ ਪਵਾਏ? ਕਹਿੰਦਾ ਪਵਾਏ ਸੀਗੇ। ਮੈਂ ਕਿਹਾ ਤੂੰ ਦੱਸ ਪਹਿਲੋ, ਜੇ ਤੇਰੇ ਦਿਮਾਗ ਨਾਲ ਕੁਰਬਾਨੀ ਤੁਲਣੀ ਕਿਹਦੀ ਵੱਡੀ ਆ? ਪੜ੍ਹੇ ਲਿਖੇ ਕਹਿੰਦਾ ਵੀ ਭਾਈ ਸਾਹਿਬ ਜੀ ਮੈਂ ਬੇਨਤੀ ਕਰਦਾ, ਕਹਿੰਦਾ ਵੀ ਮੈਨੂੰ ਬਾਹਲਾ ਪਤਾ ਨਹੀਂ ਸੀ, ਪਰ ਕਹਿੰਦਾ ਜਿਹੜੀ ਤੁਹਾਡੀ ਦਲੀਲ ਹੈ ਢੁੱਕਦੀ ਆ। ਹੁਣ ਵੀ ਅਸੀਂ ਤਾਂ ਹੀ ਸੰਗਤਾਂ ਨੂੰ ਬੇਨਤੀ ਕਰਦੇ ਕਿ ਬੰਦਾ ਸਿੰਘ ਬਹਾਦਰ ਦੇ ਵਿਰੋਧੀ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਦੀ ਕੁਰਬਾਨੀ ਨੂੰ ਛੋਟੀ ਵੱਡੀ ਕਰਦੇ ਨੇ, ਪਰ ਇਹ ਛੇੜਾ ਛੇੜਦੇ ਕਿਉਂ ਛੇੜਦੇ ਆ? ਇਹ ਇੱਥੋਂ ਤਾਂ ਹੀ ਜਾਂਦੇ ਆ ਤਰੀਕੇ ਜਿਹਾ ਨਾ, ਕਿਉਂਕਿ ਤੱਤ ਖਾਲਸਾ ਬੰਦਈ ਖਾਲਸਾ ਵੀ ਬਣਿਆ, ਉਹਦੇ ਸੰਤ ਕਰਤਾਰ ਸਿੰਘ ਉਹਨਾਂ ਦੇ ਮੈਂ ਬਚਨ ਸੁਣਾ ਸਕਦਾ, ਸੰਤ ਗੁਰਬਚਨ ਸਿੰਘ ਉਹਨਾਂ ਦੇ ਬਚਨ ਟੇਪ 'ਚ ਸੁਣਾ ਸਕਦਾ, ਸੰਤ ਕਰਤਾਰ ਸਿੰਘ ਉਹਨਾਂ ਦੇ, ਸੰਤ ਗੁਰਬਚਨ ਸਿੰਘ ਉਹਨਾਂ ਦੀ ਟੇਪ ਆ, ਕਹਿੰਦੇ ਵੀ ਸਿੱਖਾਂ ਨੇ ਕਿਸੇ ਦੇਹਧਾਰੀ ਨੂੰ ਆਮ ਨੂੰ ਅੱਜ ਦੇ ਅੱਜ ਤੁਰੇ ਫਿਰਦੇ ਆ, ਇਹਨਾਂ ਨੂੰ ਗੁਰੂ ਕੀ ਮੰਨਣਾ? ਬੰਦੇ ਸਿੰਘ ਬਹਾਦਰ ਦੀ ਕੁਰਬਾਨੀ ਕਿੱਡੀ, ਬੰਦੇ ਸਿੰਘ ਬਹਾਦਰ ਜੀ ਜੋਸ਼ ਕਿੰਨਾ, ਉਹਨੇ ਸਿੱਖ ਹੁੰਦਾ ਸੰਤ ਕਹਿੰਦੇ ਕੰਮ ਕਿੰਨਾ ਕੀਤਾ, ਪਰ ਕਹਿੰਦੇ ਉਹਨਾਂ ਨੇ ਉਹਨੂੰ ਗੁਰੂ ਨਹੀਂ ਮੰਨਿਆ, ਕਹਿੰਦੇ ਜਿੱਦਣ ਗੁਰੂ ਬਣ ਕੇ ਚੋਰ ਚਲਾਉਣ ਲੱਗ ਪਿਆ, ਕਹਿੰਦੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਇਹ ਕਹਿੰਦੇ ਆ ਤੱਤ ਖਾਲਸਾ ਜਾਂ ਟਕਸਾਲ ਜਿਹੜੇ ਪਹਿਲੇ ਸੀ ਮਹਾਂਪੁਰਖ ਬਾਬਾ ਦੀਪ ਸਿੰਘ, ਉਹਨਾਂ ਨੂੰ ਇਹ ਤਰੀਕੇ ਨਾਲ ਕਰਦੇ ਸਰਕਾਰ ਨਾਲ ਰਲ ਗਏ ਸੀ। ਅਸੀਂ ਕਹਿੰਦੇ ਹੁੰਦੇ ਵੀ ਸੰਤ ਜਰਨੈਲ ਸਿੰਘ ਕਿੰਨੇ ਸੀਗੇ, ਸੰਤ ਜਰਨੈਲ ਸਿੰਘ ਉਹਨਾਂ ਨਾਲ ਜਥੇਬੰਦੀਆਂ ਨੇ ਜਾਂ ਕਿਤਿਆਂ ਨੇ ਕੀ ਕੁਛ ਹੋਇਆ, ਪਰ ਅਸੀਂ ਉਹਨੂੰ ਛਾਲਾ ਨਹੀਂ ਮਾਰਦੇ, ਅਸੀਂ ਇਹ ਨਹੀਂ ਕਹਿੰਦੇ ਵੀ ਹੋਇਆ ਜਾਂ ਨਹੀਂ ਹੋਇਆ, ਕਿੰਨੇ ਪੇਪਰ ਆ ਉਹਨਾਂ ਦੇ ਵਿੱਚ ਮਾਣੋ ਚਾਲ ਬਾਰੇ ਇੰਨੀ ਘਟੀਆ ਸ਼ਬਦਾਵਲੀ ਹੋ ਵੀ ਰਹੀ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਮਾਣੋ ਚਾਲ ਮਾੜਾ ਨਹੀਂ ਸੀਗਾ, ਕਿਉਂਕਿ ਉਹਨੂੰ ਕਹਿਣ ਵਾਲੇ ਮਾੜੇ ਸੀ, ਪਰ ਉਹ ਪੇਪਰਾਂ ਦੇ ਵਿੱਚ ਜਿੱਦਾਂ ਕਈ ਇਤਿਹਾਸ ਆ ਜਾਂਦਾ ਉਹਦੀ ਦੁਬਧਾ ਬਣ ਜਾਂਦੀ। ਬੰਦਾ ਸਿੰਘ ਬਹਾਦਰ ਨੇ ਕਹਿੰਦੇ ਜੀ ਫਤਿਹ, ਉਹਨੇ ਫਤਿਹ ਵੀ ਬਣਾਈ ਆਪਣੀ, ਬੰਦਈ ਖਾਲਸਾ ਵੀ ਬਣਾਇਆ ਆ, ਬਲਕਿ ਕਿਸੇ ਵੀ ਮਨੁੱਖ ਨੇ ਕਿਸੇ ਵੀ ਟਾਈਮ ਵਿੱਚ ਦੇਹਧਾਰੀ ਬਣ ਕੇ ਆਪਣੀ ਪੂਜਾ ਕਰਵਾਉਣ ਦਾ ਯਤਨ ਕੀਤਾ ਤਾਂ ਇਸ ਸਰਕਾਰ ਨੇ ਆਰੰਭਤਾ ਤੋਂ ਲੈ ਕੇ ਵਿਰੋਧ ਕੀਤਾ। ਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਸੇ ਭੁਲੇਖ ਵਿੱਚ ਪੂਜਾ ਕਰਵਾਉਣ ਦੀ ਇੱਛਾ ਕੀਤੀ ਤਾਂ ਬਾਬਾ ਦੀਪ ਸਿੰਘ ਇਸ ਤਰ੍ਹਾਂ ਉਹਦੇ ਭੁਲੇਖ ਰਹਿੰਦਾ ਦੇਹਧਾਰੀ ਪੂਜਾ ਦੇ ਵਿਰੁੱਧ। ਤੇ ਕਈ ਕਹਿਣਗੇ ਨਹੀਂ ਜੀ ਉਹਨੇ ਸਿੱਕਾ ਚਲਾਇਆ ਗੁਰੂ ਸਾਹਿਬ ਦਾ, ਮੈਂ ਕਹਿੰਦਾ ਯਾਰ ਕਮਾਲ ਦੀ ਗੱਲ ਆ, ਹੁਣ ਦੀਆਂ ਸਰਕਾਰਾਂ ਬਾਦਲੇ ਆ, ਕਿੰਨੀਆਂ ਮਤਲਬ ਅਡੰਬਰ ਬਣਾਈ ਚਲਿਆ ਜਾਂਦਾ, ਇੱਥੇ ਜੀ ਇਹਨੇ ਵਿਰਾਸਤ ਬਣਾਤੀ ਇੱਥੇ ਬਣਾਤਾ, ਇਹਦਾ ਮਤਲਬ 100 ਸਾਲ ਨੂੰ ਇਹਦਾ ਮਤਲਬ ਹੋਊਗਾ ਵੀ ਬਾਦਲ ਨੇ ਕੋਈ ਮਾੜਾ ਕੰਮ ਨਹੀਂ ਕੀਤਾ। 78 ਦੇ ਸਿੰਘ ਸ਼ਹੀਦ ਹੋਏ, ਕਹਿਣਗੇ ਨਹੀਂ ਜੀ ਉਹਨੇ ਤਾਂ ਵਿਰਾਸਤ ਬਣਾਈ ਸੀ, ਉਹ ਤਾਂ ਸਿੱਖ ਕੌਮ ਦਾ ਜੀ ਕਾਲਤਾ ਸਾਹਿਬ 'ਤੇ ਉਹਦਾ ਕਬਜ਼ਾ ਸੀ, ਉਹਦਾ ਇੱਦਾਂ ਸੀ। ਇਹ ਦਲੀਲਾਂ ਨਹੀਂ ਹੁੰਦੀਆਂ, ਦਲੀਲਾਂ ਕੌਣ ਲਿਆਉਂਦੇ ਆ ਸਾਡੇ 'ਚ? ਆਰ ਐੱਸ ਐੱਸ ਦੇ ਬੰਦੇ ਜਿਹੜੇ
ਆਪਣੀ ਸੰਸਥਾ ਕਦੀ ਬੰਦਾ ਸਿੰਘ ਬਹਾਦਰ ਦੀ ਵਿਰੋਧਤਾ ਨਹੀਂ ਕਰਦੀ, ਪਰ ਜਿਹੜਾ ਸੱਚ ਹੈ, ਜਿੱਦਾਂ ਭਾਈ ਸਾਹਿਬ ਦੇ ਪੈਂਦੇ ਖਾਂ ਹੋਇਆ, ਪੈਥੀ ਹੋਇਆ, ਇੰਨੇ ਹੋਇਆ, ਕੱਲ੍ਹ ਨੂੰ ਇਹਦੇ ਕਰਕੇ ਪੈਥੀ ਜੀ ਇੱਦਾਂ ਗਲਤੀ ਨਹੀਂ ਕਰ ਸਕਦਾ ਜੀ, ਉਹ ਗੁਰੂ ਦਾ ਭਰਾ ਸੀ ਜੀ, ਕਦੀ ਰਾਮ ਰਾਏ ਗਲਤੀ ਨਹੀਂ ਕਰ ਸਕਦਾ ਜੀ, ਫਲਾਨਾ ਗਲਤੀ ਨਹੀਂ ਕਰ ਸਕਦਾ। ਤੇ ਭਾਈ ਚਰਨ ਸਿੰਘ ਜੀ, ਮੈਂ ਤੁਹਾਡੇ ਵੱਲ ਆਉਣਾ, ਜਿਸ ਤਰ੍ਹਾਂ ਆਪਣੇ ਭਾਈ ਕਮਲਜੀਤ ਸਿੰਘ ਉਹਨਾਂ ਨੇ ਦੱਸਿਆ, ਆਪਾਂ ਇਤਿਹਾਸ ਸੁਣਦੇ ਹਾਂ, 40 ਮੁਕਤਿਆਂ ਦੀ ਗੱਲ ਇਹਨਾਂ ਨੇ ਕੀਤੀ ਵੀ ਮੁਕਤੇ ਜੋ ਸਤਿਗੁਰੂ ਸਾਹਿਬ ਨੂੰ ਵਿਦਾਵਾ ਦੇ ਦਿੱਤਾ, ਉਹ ਵੀ ਗੁਰੂ ਦੇ ਸਿੱਖੀ ਸਨ, ਬਖਸ਼ਿਆ। ਪਰ ਗੁਰੂ ਸਾਹਿਬ ਦਾ ਇਹ ਇਤਿਹਾਸ ਦੇ ਵਿੱਚ ਝਲਕ ਇੱਕ ਵਾਰ ਨਹੀਂ, ਆਪਾਂ ਨੂੰ ਵਾਰ ਵਾਰ ਨਜ਼ਰ ਆਉਂਦੀ ਹੈ ਕਿ ਸਤਿਗੁਰ ਨੇ ਕੌਤਕ ਵਰਤਾਇਆ ਗੁਰੂ ਦੇ ਹੀ ਸਿੱਖ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਕੋਈ ਗਾਂਹ ਵਾਸਤੇ ਸੇਧ ਦੇਣੀ ਸੀ, ਕੋਈ ਐਸੇ ਕਾਰਜ ਜਿਹੜੇ ਉਹ ਸਤਿਗੁਰ ਨੇ ਆਪਦਾ ਖੇਡ ਰਚਾਇਆ ਤੇ ਉਹਨਾਂ ਸਿੱਖਾਂ ਤੋਂ ਬਖਸ਼ਿਸ਼ ਵੀ ਕੀਤੀ। ਤੇ ਇੱਕ ਸਿੰਘ ਦਾ ਆਪਾਂ ਵਾਰ ਵਾਰ ਮੈਨੂੰ ਨਾਂ ਵਿਸਰ ਗਿਆ ਕਿ ਬੇਸਬਾਲ ਦੇ ਕੋਠੇ ਤੇ ਜਾਣਾ ਚਾਹੁੰਦਾ ਸੀ, ਪਰ ਸਤਿਗੁਰ ਆਪ ਪਹਿਰਾ ਦੇ ਦਿੰਦੇ ਨੇ, ਸਿੱਖ ਵੀ ਗੁਰੂ ਦਾ ਸੀ ਤੇ ਪਹਿਰਾ ਵੀ ਗੁਰੂ ਨੇ ਅੱਗੇ ਹੁਕਮ ਕੇ ਦਿੱਤਾ। ਇਹ ਗੱਲ ਵਿੱਚ ਹੈ ਵੀ ਇਹ ਇਤਿਹਾਸ ਦਾ ਵੀ ਵੀਰ ਵਿਰੋਧ ਕਰੀ ਜਾਂਦੇ ਨੇ ਜੀ, ਨਹੀਂ ਆਪਣੇ ਕਮਲਜੀਤ ਸਿੰਘ ਜੀ ਇੱਥੇ ਮੇਰੇ ਗੱਲ ਖੜੀ ਹੋ ਜਾਂਦੀ ਨਾ ਵੀ ਜੇ ਆਪਾਂ ਕਹੀਏ ਵੀ ਗੁਰੂ ਦਾ ਸਿੱਖ ਸੀ, ਗੁਰੂ ਦਾ ਹੁਕਮ ਮੰਨਦਾ ਸੀ, ਉਹ ਤਾਂ ਕਰ ਹੀ ਨਹੀਂ ਸਕਦਾ ਇਸ ਤਰ੍ਹਾਂ, ਤੇ ਨਾਲ ਆਪਾਂ ਇਤਿਹਾਸ ਵੀ ਸੁਣਾਉਂਦੇ ਵੀ ਗੁਰੂ ਸਾਹਿਬ ਨੇ ਆਪ ਵਰਤਿਆ ਵੀ ਭਾਈ ਡੋਲਣਾ ਨਹੀਂ, ਜਿੱਥੇ ਕਿਤੇ ਤੂੰ ਡੋਲਦਾ ਹੈ ਜੇ ਤੂੰ ਸਤਿਗੁਰ ਨਾਲ ਜੁੜਿਆ ਹੋਇਆ, ਸਤਿਗੁਰ ਆਪ ਤੇਰੀ ਨਹੀਂ ਉਹ ਪੈਦ ਰੱਖ ਲੈਣਗੇ। ਤੇ ਕੀ ਜਵਾਬ ਦੇਵਾਂਗੇ? ਇਹਦਾ ਸਿੰਪਲ ਜਿਹੀ ਗੱਲ ਆ ਕਿ ਹੁਣ ਦੇ ਸਮੇਂ ਦੇ ਵਿੱਚ ਵੀ ਜੀ ਜਿਹੜਾ ਸੰਘਰਸ਼ ਚੱਲਿਆ, ਸੰਤ ਗਿਆਨੀ ਜਰਨੈਲ ਸਿੰਘ ਹੋਣਾ ਦੀਆਂ ਟਿੱਪਾਂ ਤੁਸੀਂ ਸੁਣ ਸਕਦੇ ਆ ਜੀ, ਇੱਕ ਇਨਸਾਨ ਦੇ ਸੋਭਾ ਦੇ ਵਿੱਚ ਲਫ਼ਜ਼ ਇੰਨੇ ਕਹਿ ਛੱਡ ਕਰ ਦਿਓ ਜੀ, ਔਰ ਉਸ ਤੋਂ ਕੁਝ ਹੀ ਸਮਾਂ ਬਾਅਦ ਉਸੇ ਇਨਸਾਨ ਦੇ ਬਰਖਿਲਾਫ਼ ਲਫ਼ਜ਼ ਕਹੇ ਆ ਉਹ ਤੁਸੀਂ ਸੁਣ ਸਕਦੇ ਹੋ ਜੀ ਸੰਤਾਂ ਦੇ, ਹਾਂ ਸੰਤਾਂ ਨੇ, ਪਰ ਉਹਨਾਂ ਦੀ ਕੁਰਬਾਨੀ ਜਿਹੜੀ ਉਹਨਾਂ ਸਿੰਘਾਂ ਨੇ ਕਿਸੇ ਵੀ ਕਾਰਨ ਕਰਕੇ ਉਹ ਸੰਤਾਂ ਦੇ ਨਾਲ ਦੂਰ ਚਲ ਗਏ ਜਾਂ ਵਿਰੋਧਤਾ ਕਰ ਲਈ, ਪਰ ਜਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਆਪਾਂ ਉਹਨਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ, ਆਪਣੇ ਉਹ ਸ਼ਰਧਾ ਵਾਲੇ ਆ, ਸਾਡੇ ਸਤਿਕਾਰਯੋਗ ਆ ਕਿ ਉਹਨਾਂ ਨੇ ਆਪਣਾ ਜੀਵਨ ਜਿਹੜਾ ਕੌਮ ਲਈ ਲਾ ਦਿੱਤਾ ਭਾਵੇਂ ਗਲਤੀ ਕਰ ਲਈ। ਉਹਦਾ ਕਾਰਨ ਇਹ ਆ, ਇਤਿਹਾਸ ਦੇ ਵਿੱਚ ਜਿਹੜਾ ਆ ਆਮ ਤੌਰ 'ਤੇ ਤੁਸੀਂ ਦੇਖੋਗੇ ਕਿ ਜਿਹੜਾ ਇਹ ਗੁਰੂ ਸਾਹਿਬ ਦਾ ਇੱਕ ਸਿਧਾਂਤ ਸੀ, ਭਾਈ ਗੁਰਦਾਸ ਜੀ ਸਿੱਖ ਕੌਮ ਦੇ ਵਿੱਚ ਵੱਡੇ ਵਿਦਵਾਨ ਮੰਨੇ ਗਏ, ਵੇਦ ਵਿਆਸ ਮੰਨੇ ਗਏ ਆ, ਮਹਾਰਾਜ ਦਾ ਸਰੂਪ ਜਿਹੜਾ ਪੰਜਵੇਂ ਪਾਤਸ਼ਾਹ ਜੀ ਨੇ ਉਹਨਾਂ ਕੋਲੋਂ ਲਿਖਵਾਇਆ, ਅਤੇ ਉਹ ਇੱਕ ਭੁੱਲ ਕਰ ਰਹੇ ਆ ਕਿ ਜੇ ਗੁਰੂ ਇੱਕ ਕਸਵੱਟੀ ਲਾਉਂਦਾ ਤਾਂ ਸਿੱਖ ਨਾ ਡੋਲੇ, ਪਰ ਮਹਾਰਾਜ ਨੇ ਐਸਾ ਕੌਤਕ ਬਣਾਇਆ ਜੋ ਕਮਲਜੀਤ ਸਿੰਘ ਕੋਲੋਂ ਸੁਣਿਆ ਤੁਸੀਂ, ਭਾਈ ਗੁਰਦਾਸ ਜੀ ਜਿਹੜੇ ਸੀਗੇ ਉਹ ਜਦੋਂ ਮੋਹਰਾਂ ਦੇ ਥਾਂ ਠੀਕਰੀਆਂ ਬਣਾਤੀਆਂ ਡੋਲ ਗਏ ਜੀ, ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਨਫ਼ਰਤ ਨਹੀਂ ਕੀਤੀ, ਉਹਨਾਂ ਨੂੰ ਸੱਦਿਆ, ਫਿਰ ਸਤਿਕਾਰ ਉਹੀ ਕੀਤਾ, ਨਾਲ ਸਿੱਖਿਆ ਦਿੱਤੀ, ਸਿੱਖਿਆ ਸਾਡੀ ਕੌਮ ਵਾਸਤੇ ਸੀ, ਸਾਡੇ ਧਰਮ ਵਾਸਤੇ ਸੀ ਕਿ ਕੌਮ ਦਾ ਵੱਡੇ ਤੋਂ ਵੱਡਾ ਵਿਦਵਾਨ ਜਿਹਨੂੰ ਮੰਨਿਆ ਗਿਆ ਉਹ ਵੀ ਡੋਲ ਸਕਦਾ ਮਹਾਰਾਜ ਕੇ ਲਈ। ਦੂਸਰੀ ਗੱਲ ਇਹ ਸੀ ਬੰਦਾ ਸਿੰਘ ਬਹਾਦਰ, ਬਾਬਾ ਬੁੱਢਾ ਜੀ ਦੀ ਵੀ ਗੱਲ ਆਉਂਦੀ ਆ, ਜਦੋਂ ਉਹਨਾਂ ਨੇ ਇਸ਼ਨਾਨ ਕਰਨਾ ਇੱਕ ਵਾਰੀ ਵਿਸਾਰ ਦਿੱਤਾ ਕੀ ਲੋੜ ਹੈ, ਤੇ ਸਭ ਤੋਂ ਬ੍ਰਹਮ ਗਿਆਨੀ ਵੱਡਾ ਜਿਹਨੂੰ ਮੰਨਿਆ ਜਾਂਦਾ, ਗੁਰੂ ਸਾਹਿਬਾਂ ਨੂੰ ਗੁਰਗੱਦੀ ਦੇ ਤਿਲਕ ਲਾਉਣ ਵਾਲਾ, ਇੰਨਾ ਸਤਿਕਾਰ ਗੁਰੂ ਘਰ 'ਚ, ਤੇ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਸੀਂ ਇਸ਼ਨਾਨ ਨਹੀਂ ਛੱਡਣਾ, ਤੁਹਾਡੇ ਵੱਲ ਦੇਖ ਕੇ ਤਾਂ ਸਾਰਿਆਂ ਨੇ ਲੱਗਣਾ, ਇੱਕ ਦਿਨ ਵੀ ਬਾਬਾ ਜੀ ਨੇ ਮਗਰੋਂ ਇਸ਼ਨਾਨ ਨਹੀਂ ਛੱਡਿਆ। ਉਹਨਾਂ ਕਿਹਾ ਸਾਨੂੰ ਹੁਣ ਲੋੜ ਨਹੀਂ ਹੈ, ਵੀ ਨਹੀਂ ਲੋੜ ਨਹੀਂ ਹੁੰਦੀ ਉਹਨਾਂ ਨੂੰ, ਪਰ ਦੂਸਰਿਆਂ ਨੂੰ ਸਾਡੇ ਵਾਸਤੇ ਪੂਰਨੇ ਪਾਉਣੇ ਸੀ, ਇਸ ਕਰਕੇ ਇਹ ਉਹਨਾਂ ਦੇ ਕੋਲੋਂ ਕਰਾਇਆ ਜਿਹੜੇ ਸਭ ਤੋਂ ਵੱਡੇ ਬ੍ਰਹਮ ਗਿਆਨੀ ਸੀ। ਫਿਰ ਤੀਜੀ ਥਾਂ 'ਤੇ ਜਿੱਦਾਂ ਆਪਾਂ ਬੰਦਾ ਸਿੰਘ ਜੀ ਬਹਾਦਰ ਦੀ ਗੱਲ ਕਰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਵਿੱਚ ਉਹ ਹੀਰੋ ਮਹਾਰਾਜ ਨੇ ਲਿਆ ਕੇ ਪੈਦਾ ਕੀਤਾ ਜਿਹਨੇ ਮੁਗਲਾਂ ਦਾ 700 ਸਾਲ ਦਾ ਰਾਜ ਥੋੜ੍ਹੇ ਦਿਨਾਂ ਦੇ ਵਿੱਚ ਖਤਮ ਕਰ ਤੈਸ਼ ਨੈਸ਼ ਕਰ ਸਕਿਆ। ਜਿੱਧਰ ਜਾਂਦਾ ਸੀ ਬੰਦਾ ਸਿੰਘ ਬਹਾਦਰ, ਬੰਦਾ ਸਿੰਘ ਬਹਾਦਰ, ਮਹਾਰਾਜ ਨੇ 5 ਸਿੰਘ ਦਿੱਤੇ ਕਿ ਇਹਨਾਂ ਦੇ ਹੁਕਮ ਚ ਰਹਿਣਾ। ਹੁਣ ਵੀ ਸਾਡੇ ਵਾਸਤੇ ਅਸੂਲ ਇਹੀ ਆ, ਪਰ 5 ਸਿੰਘ ਜਿਹੜੇ ਆ ਨਾ ਉਹ ਹੁਣ ਪੈਸੇ ਲੈ ਕੇ ਤਨਖਾਹਾਂ ਲੈ ਕੇ ਆਪਦੇ ਬਿਆਨ ਦੇਈ ਜਾਂਦੇ, ਕਿਸੇ ਨੂੰ ਕੌਮੀ ਸ਼ਹੀਦ ਤੇ ਕਿਸੇ ਨੂੰ ਗਦਾਰ ਇਹ ਕਹੀ ਜਾਂਦੇ ਆ। ਦੂਸਰੀ ਗੱਲ ਇਹ ਸੀਗਾ ਇਹ ਸਾਡੇ ਵਾਸਤੇ ਸਿਧਾਂਤ ਸੀ, 5 ਤੀਰ ਦਿੱਤੇ ਮਹਾਰਾਜ ਨੇ, ਜਿੱਥੇ ਲੋੜ ਪਈ ਇੱਕ ਤੀਰ ਛੱਡਣਾ ਤੇ ਸਿੱਧਾ ਹੀ ਕਰਨਾ, ਜਿਹੜੀਆਂ ਬਸ ਉਹ ਜਿਹੜੀਆਂ ਗੈਬੀ ਫੌਜਾਂ ਆ ਨਾ ਉਹ ਤੁਹਾਨੂੰ ਤੁਹਾਡੇ ਆ ਕੇ ਮਸਲਾ ਹੱਲ ਕਰ ਦੇਣਗੀਆਂ ਬੰਦਾ ਸਿੰਘ ਬਹਾਦਰ ਤੇ। ਪਰ ਗੁਰੂ ਸਾਹਿਬ ਨੂੰ ਜਿਹੜਾ ਪਤਾ ਸੀ ਕਿ ਅਸੀਂ ਜਿਹੜੀ ਕਸਵੱਟੀ ਲਾਉਣੀ ਆ ਇਹ ਸਾਡੇ ਆਉਣ ਵਾਲੇ ਪੰਥ ਵਾਸਤੇ, ਆਉਣ ਵਾਲੇ ਜਿਹੜਾ ਸਮਾਂ ਉਹਦੇ ਚੱਲਣ ਵਾਸਤੇ ਇਹ ਇੱਕ ਲਾਈਨ ਦੇਣੀ ਆ ਕਿ ਸਿੱਖ ਕੌਮ ਦਾ ਜਿੱਦਾਂ ਦਾ ਮਰਜ਼ੀ ਵੀ ਲੀਡਰ ਹੋਵੇ, ਜਦੋਂ ਉਹ ਗੁਰਮਤ ਤੋਂ ਥੋੜ੍ਹਾ ਜਿਹਾ ਵੀ ਇਸ ਤਰ੍ਹਾਂ ਗਿਆ ਤੁਸੀਂ ਮਗਰ ਨਹੀਂ ਲੱਗਣਾ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਫੜਿਆ ਗਿਆ। ਚਲੋ ਇਹਨਾਂ ਦਾ ਆਪਸ ਵਿੱਚ ਜੋ ਆਪ ਜੀ ਨੇ ਸੁਣਿਆ ਆਪਾਂ ਡਿਟੇਲ 'ਚ ਜਾ ਨਹੀਂ ਸਕਦੇ ਕਿਉਂਕਿ ਸਮਾਂ ਬਹੁਤ ਥੋੜ੍ਹਾ ਅਤੇ ਚਾਹੀਦਾ ਹੈ ਡਿਟੇਲ 'ਚ ਜਾਣਾ, ਫਿਰ ਇਹ ਪ੍ਰੋਗਰਾਮ ਆਪਾਂ ਕਰਕੇ ਫਿਰ ਵੀ ਸੰਗਤਾਂ 'ਚ ਪਹੁੰਚਾਵਾਂਗੇ। ਬੰਦਾ ਸਿੰਘ ਬਹਾਦਰ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਮੈਂ ਬਾਕੀ ਇਹਨਾਂ ਸਿੰਘਾਂ ਦੇ ਨਾਲ ਆਪਸ ਵਿੱਚ ਸਾਡਾ ਇਹ ਜਿਹੜਾ ਕਰਨਾ ਠੀਕ ਨਹੀਂ ਸੀ, ਉਹੀ ਸ਼ਕਤੀ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਦੇ ਦਿੱਤੀ, ਜਿਹੜੀ ਉਹਨੇ ਜਾ ਕੇ ਬੱਚੇ ਦਾ ਦਿਲ ਵੀ ਮੂੰਹ 'ਚ ਪਵਾ ਲਿਆ। ਉਹ ਕਹਿੰਦਾ ਹੁਣ ਇਸ ਤੋਂ ਪਰੇ ਕੀ ਗੱਲ ਆ,
ਤੁਸੀਂ ਕਰੋ ਮੈਨੂੰ ਜੋ ਕਰਨਾ। ਜਬੂਰਾਂ ਨਾਲ ਮਾਸ ਤੋੜਿਆ ਗਿਆ, ਉਹਦਾ ਸਾਰਾ ਕੁਝ ਕੀਤਾ ਗਿਆ। ਫਰਕਸ਼ੀਅਰ ਜਿਹੜਾ ਸੀ ਉਹ ਕਹਿੰਦਾ ਬੰਦਾ ਸਿੰਘ ਬਹਾਦਰ ਨੂੰ ਤੈਨੂੰ ਕਿਹੜੀ ਮੌਤ ਮਾਰਿਆ ਜਾਵੇ। ਉਹਦੇ ਬਚਨਾਂ 'ਚ ਇੰਨਾ ਸੱਤ ਸੀ, ਉਹ ਕਹਿੰਦਾ ਮੈਨੂੰ ਉਸ ਮੌਤ ਮਾਰੀ ਜਿਹੜੀ ਮੌਤ ਹੈ ਆਪ ਮਰਨਾ। ਉੱਥੋਂ ਕੁਝ ਹੀ ਮਹੀਨੇ, ਬਹੁਤੇ ਨਹੀਂ, ਉਸ ਤੋਂ ਬਾਅਦ ਫਰਕਸ਼ੀਅਰ ਨੂੰ ਫੜ ਕੇ ਉਸੇ ਤਰ੍ਹਾਂ ਉਹਦਾ ਇਕੱਲਾ ਇਕੱਲਾ ਗੁੱਟ ਵੱਢਿਆ ਗਿਆ, ਉਹਦੀਆਂ ਅੱਖਾਂ ਕੱਢੀਆਂ ਗਈਆਂ। ਦਿੱਲੀ ਦੇ ਵਿੱਚ ਫਰਕਸ਼ੀਅਰ ਨੂੰ ਉਸੇ ਤਰ੍ਹਾਂ ਹੀ ਮਾਰਿਆ ਗਿਆ। ਇਹ ਬੰਦਾ ਸਿੰਘ ਬਹਾਦਰ ਦੇ ਜਿਹੜੀ ਮਹਾਰਾਜ ਨੇ ਸ਼ਕਤੀ ਦਿੱਤੀ ਸੀ ਨਾ, ਉਹਨਾਂ ਬੋਲਾਂ ਨੇ ਉਹ ਪੂਰੀ ਕਰਵਾਈ ਸੀ। ਬੰਦਾ ਸਿੰਘ ਬਹਾਦਰ ਸਾਡੀ ਕੌਮ ਦਾ ਹੀਰੋ ਆ, ਪਰ ਜੇਕਰ ਅਸੀਂ ਇਤਿਹਾਸ ਭੁਲਾ ਦੇਵਾਂਗੇ ਤੇ ਜਿਹੜਾ ਆਉਣ ਵਾਲਾ ਸਾਡਾ ਭਵਿੱਖ ਆ ਉਹਦੇ ਵਿੱਚ ਅਸੀਂ ਕਸਵੱਟੀ ਲਾ ਕੇ ਪਰਖ ਨਹੀਂ ਸਕਦੇ ਕਿ ਲੀਡਰ ਕੋਈ ਆਹ ਕਰਦਾ ਤੇ ਅਸੀਂ ਉਹਨੂੰ ਕੁਛ ਕਹਿਣਾ ਨਹੀਂ। ਜਿਵੇਂ ਹੁਣ ਕੋਈ ਜਿਹੜਾ ਇੱਕ ਉੱਠਦਾ ਕਿਸੇ ਇੱਕ ਪੁਰਾਣੀ ਸ਼ਖਸੀਅਤ ਦੇ ਮਗਰ ਲੱਗ ਜਾਂਦਾ, ਉਹ ਕਹਿੰਦੇ ਜੋ ਝੂਠ ਬੋਲਦਾ ਜਾਂ ਗੁਰੂ ਸਾਹਿਬ ਦੇ ਬਰਖਿਲਾਫ਼ ਬੋਲੀ ਜਾਵੇ ਜੋ ਮਰਜ਼ੀ ਕਰੇ, ਵੀ ਸਾਡਾ ਇਹ ਸੱਚਾ ਹੀ ਸੱਚਾ। ਸੋ ਇਸ ਕਰਕੇ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਤੇ ਅਸੀਂ ਉਹਦੇ ਉੱਤੇ ਚੱਲਦੇ ਰਹਾਂਗੇ। ਇਹ ਅਸੀਂ ਫਿਰ ਵੀ ਬੇਨਤੀ ਕਰਦੇ ਹਾਂ, ਸਾਨੂੰ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ ਇਹ ਜਿਹੜੇ ਸਾਡੇ ਸ਼ਹੀਦਾਂ ਦੇ ਦਿਨ ਹੈਗੇ, ਉਹਨਾਂ ਤੋਂ ਸਾਨੂੰ ਸਿੱਖਿਆ ਮਿਲਣਾ। ਹਾਂਜੀ, ਮੈਂ ਕਵਿਸ਼ਰੀ ਸਿੰਘ ਜੀ ਤੁਹਾਡੇ ਵੱਲ ਆਉਣਾ ਕਿਉਂਕਿ ਸਮਾਂ ਆਪਣਾ ਹੋ ਗਿਆ। ਸੋ ਇਤਿਹਾਸ ਦੀ ਜਾਣਕਾਰੀ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਲਈ ਜਾਵੇ। ਸੋ ਆਖਰੀ ਸੁਨੇਹਾ ਸੰਗਤ ਵਾਸਤੇ, ਅਤੇ ਉਸ ਕੁਰਬਾਨੀ ਦੇ ਉੱਪਰ ਆਪਣਾ ਕੋਈ ਸ਼ੰਕਾ ਨਹੀਂ, ਪਰ ਗੁਰੂ ਦਾ ਜਿਹੜਾ ਸਿਧਾਂਤ ਹੈ ਕਿ ਜਿੰਨਾ ਚਿਰ ਤੂੰ ਮੇਰੀ ਰਹਿਣੀ 'ਚ ਰਹੇਗਾ ਉਨਾ ਚਿਰ ਮੇਰਾ ਸਾਰਾ ਕੁਛ ਤੇਰਾ, ਅਤੇ ਜਦੋਂ ਤੂੰ ਖਿੜਕਿਆ ਉਦੋਂ ਤੇਰਾ ਮੇਰਾ ਨਾਤਾ ਟੁੱਟ ਗਿਆ। ਉਸ ਕੜੀ ਦੇ ਉੱਪਰ ਜਿਹੜਾ ਮੈਂ ਸੰਗਤ ਨੂੰ ਸੁਨੇਹਾ ਤੁਹਾਡੇ ਕੋਲ, ਮੈਂ ਇੱਕ ਮਿੰਟ ਕਰਾਂ, ਦੋ ਮਿੰਟ ਮੈਂ ਸਮਾਪਤੀ ਕਰਦਾ। ਸਤਿਗੁਰ ਦੇ ਬਚਨ ਨੇ ਖਾਲਸਾ ਮੇਰੋ ਰੂਪ ਹੈ ਖਾਸ ਜੀ, ਜਿੱਥੇ ਮਾਰਨੇ ਬਚਨ ਗਿਆ ਉੱਥੇ ਮਾਰਨੇ ਬਚਨ ਨੇ ਜਬਲਾ ਖਾਲਸਾ ਰਹੇ ਨਿਆਰਾ, ਤਬ ਰਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਤੇਰਾ। ਇੱਕ ਹੋਰ ਬਚਨ ਕਿਆ ਮਾਰਗ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਸਿੱਖ ਪਿਆਰਾ ਨਾ ਹੈ ਮਮ ਰਹਿਤ ਪਿਆਰੀ ਆ। ਦੂਸਰਾ, ਬੰਦਾ ਸਿੰਘ ਬਹਾਦਰ ਏਡਾ ਕੌਮ ਦਾ ਚੜ੍ਹਦੀ ਕਲਾ ਸੂਰਮਾ ਸੀ, ਉਹਨਾਂ ਦੀ ਉਹਨਾਂ ਨੂੰ ਜੋ ਸਵੇਰੇ ਯਾਦ ਹੋ ਮੱਥਾ ਟੇਕਦੇ ਉਹਨਾਂ ਜੀਵਨ ਨਾਲ, ਇਹ ਨਹੀਂ ਕਹਿੰਦੇ ਉਹਨਾਂ ਦੀ ਸ਼ੰਕਾ ਕਰਦੇ, ਪਰ ਇੱਕ ਗੱਲ ਕਹਿ ਦਿਆਂ, ਜਲਾਦ ਨੇ ਪੁੱਛਿਆ ਬੰਦਿਆ, ਉਹਨੇ ਤੇ ਇੱਦਾਂ ਪੁੱਛਣਾ, ਉਹਨੇ ਤੁਹਾਡਾ ਸਤਿਕਾਰ ਬੋਲਣਾ। ਉਹਨੇ ਕਿਹਾ ਵੀ ਤੈਨੂੰ ਤੇਰੇ ਵੱਲ ਹਵਾ ਨਹੀਂ ਸੀ ਦੇਖ ਸਕਦੀ, ਫੜਿਆ ਕਿਵੇਂ ਗਿਆ ਤੂੰ ਜਦ ਇਹ ਸੀਗੇ? ਉਹ ਕਹਿਣ ਲੱਗਾ ਪ੍ਰੇਮੀਆਂ ਤੈਨੂੰ ਨਹੀਂ ਗੱਲ ਦਾ ਪਤਾ, ਗੁਰੂ ਕੇ ਸਿੱਖ ਜਿਹੜੇ ਮਿੱਟ ਬੋਲ ਰਹੇ ਹੁੰਦੇ। ਉਹਨੇ ਕਿਹਾ ਪ੍ਰੇਮੀਆਂ ਤੈਨੂੰ ਨਹੀਂ ਗੱਲ ਦਾ ਪਤਾ, ਮੈਂ ਆਪਣੇ ਗੁਰੂ ਦੇ ਬਚਨਾਂ ਤੋਂ ਨਾ ਮਨ ਕਰਨਾ ਹੁੰਦਾ ਮੇਰੇ ਵੱਲ ਹਵਾ ਦੇਖ ਨਹੀਂ ਸੀ ਸਕਦੀ। ਤੂੰ ਤਾਂ ਬੜੀ ਦੂਰ ਦੀ ਗੱਲ ਆ, ਪਰ ਗੱਲ ਇਹਨਾਂ ਵੀ ਸਤਿਗੁਰੂ ਦਾ ਧੰਨਵਾਦ ਆ ਵੀ ਮੈਨੂੰ ਆਪਣੇ ਪਿਛਲੇ ਔਗਣ ਯਾਦ ਰਹਿਣ ਕਰਕੇ ਮਹਾਰਾਜ ਨੇ ਫਿਰ ਆਪਣੇ ਚਰਨਾਂ ਵਿੱਚ ਜੋ ਸਰਣ ਆਵੈ ਅਤੇ ਸਿਖੰਠ ਲਾਵੈ, ਇਹ ਸਰਣ ਆਉਣ ਦਾ ਮਤਲਬ ਵੀ ਚੱਲ ਕੇ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਮਹਾਰਾਜ ਮੇਰੇ 'ਤੇ ਜੇਤਾ ਸਮੁੰਦਰ ਸਾਗਰ ਭਰਿਆ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣਾ ਮਾਰੇ, ਇਹ ਸਾਡੀ ਇੱਕ ਇੱਕ ਅਵਸਥਾ ਹੋ ਜਾਣੀ ਚਾਹੀਦੀ ਗੁਰਸਿੱਖ ਦੀ ਵੀ ਮਾਰੇ ਮਹਾਰਾਜ ਆਪਣੀ ਕਲਪਨਾ ਕਰੀਆਂ ਕਹੀ ਇੰਨੇ ਔਗਣ ਨੇ ਵੀ ਜੋ ਉਹਨੇ ਇਹ ਜਲਾਦ ਨੂੰ ਕਿਹਾ, ਅਤੇ ਤਾਂ ਸਾਡੀ ਜ਼ਿੰਦਗੀ 'ਚ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਉਸੇ ਤਰ੍ਹਾਂ ਦੀ ਹੈ। ਇਹਨਾਂ ਕੁ ਔਗਣ ਜਿਹੜਾ ਉਹ ਕੋਈ ਮਾਇਨਾ ਨਹੀਂ ਰੱਖਦਾ, ਮੈਂ ਇਹ ਕਹੂੰਗਾ। ਦੂਸਰੀ ਗੱਲ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਵਿਦਵਾਨਾਂ ਨੇ ਸਾਰੀ ਜ਼ਿੰਦਗੀ ਕੌਮ ਲਈ ਗੱਲ ਦਿੱਤੀ, ਆਪਾਂ ਉਹਨਾਂ ਨੂੰ ਸੁਣੀਏ ਕਿ ਕਿਤਾਬਾਂ ਵਿੱਚ ਸਭ ਕੁਝ ਸੱਚ ਨਹੀਂ ਹੁੰਦਾ, ਗੁਰਬਾਣੀ ਮੁਤਾਬਕ ਮਿਲ ਕੇ ਦੇਖੀ ਕਿ ਗੁਰਸਿੱਖ ਕੀ ਨਹੀਂ ਕਰ ਸਕਦੇ, ਸਤਿਗੁਰੂ ਗੁਰਸਿੱਖੋ ਕੀ ਨਹੀਂ ਕਰਾ ਸਕਦੇ ਅਤੇ ਕੀ ਨਹੀਂ ਕਰਾਉਣਾ ਚਾਹੁੰਦੇ। ਆਪਾਂ ਗੁਰਬਾਣੀ ਮੁਤਾਬਕ ਦੇਖੀਏ, ਆਪਣੀ ਜ਼ਿੰਦਗੀ ਨਾਲ ਪ੍ਰੈਕਟੀਕਲ ਨਾ ਕਰਕੇ ਵੇਖੀਏ। ਗੁਰਮੁਖਾਂ ਦੀ ਅਤੇ ਭਗਤਾਂ ਦੀ ਚਾਲ ਰਾਲੀ ਹੁੰਦੀ ਜੀ, ਕਿਉਂਕਿ ਵਿਖਮ ਮਾਰਗ ਚੱਲਣਾ ਇਹ ਅਲੱਗ ਹੀ ਰਸਤਾ, ਇਹ ਤੇ ਆਪਾਂ ਨਹੀਂ ਚੱਲ ਸਕਦੇ, ਇਹਦਾ ਮਤਲਬ ਇਹ ਨੇ ਵੀ ਉਹ ਵੀ ਨਹੀਂ ਚੱਲ ਸਕਦੇ। ਭਾਈਚਾਰਾ ਸਿੰਘ ਜੀ, ਆਖਰੀ ਸੁਨੇਹਾ ਸੰਗਤ ਵਾਸਤੇ। ਮੈਂ ਤਾਂ ਬੇਨਤੀ ਇਹ ਕਰੂੰਗਾ ਕਿ ਜੋ ਵੀ ਸਾਡੇ ਸਿੰਘ ਸ਼ਹੀਦ ਆ, ਜਿਹੜੇ ਜਿੱਦਾਂ ਜਿਹਨਾਂ ਨੇ ਅਲੌਕਿਕ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ ਸਾਡੇ ਜਿਵੇਂ ਆਪਾਂ ਗੁਰੂ ਸਾਹਿਬਾਂ ਨੂੰ ਪੂਜਦੇ ਹਾਂ ਇਸੇ ਤਰ੍ਹਾਂ ਸਾਡੇ ਉਹ ਪੂਜਣ ਯੋਗ ਹੈ। ਜੇਕਰ ਅਸੀਂ ਉਹਨਾਂ ਦਾ ਸਤਿਕਾਰ ਮਾਣ ਕਰਦੇ ਹਾਂ ਤੇ ਗੁਰੂ ਸਾਹਿਬ ਸਾਡੇ ਤੇ ਖੁਸ਼ ਹੁੰਦੇ ਆ, ਤੇ ਸੰਗਤ ਨੂੰ ਇਹ ਬੇਨਤੀ ਆ ਕਿ ਉਹਨਾਂ ਦੇ ਜੀਵਨਾਂ ਤੋਂ ਸਾਨੂੰ ਸਿੱਖਿਆ ਦੇਣ ਵਾਸਤੇ ਗੁਰੂ ਸਾਹਿਬ ਨੇ ਇਹ ਕੁਤਕ ਜਿਹੜੇ ਸੀ ਸਾਰੇ ਰਚਾਏ ਆ, ਅਸੀਂ ਇਹਨਾਂ ਚੀਜ਼ਾਂ ਤੋਂ ਸਿੱਖਿਆ ਲਈ। ਆਖਰੀ ਸੁਨੇਹਾ। ਹਾਂਜੀ, ਮੈਂ ਵੀ ਇਹੋ ਹੀ ਸੰਗਤਾਂ ਨੂੰ ਬੇਨਤੀ ਕਰਦਾ ਵੀ ਇਹ ਗੁਰੂ ਸਾਹਿਬ ਦੇ ਕੌਤਕ ਹੈ, ਜਿੱਦਾਂ ਆਪਾਂ ਫਿਲਮ ਦੇਖਦੇ ਹਾਂ ਉਹਦੇ ਵਿੱਚ ਸਾਰੇ ਰਲ ਮਿਲ ਕੇ ਫਿਲਮ ਐਸੀ ਬਣਾਉਂਦੇ ਆ, ਉਹਦੇ ਨਾਲ ਮਤਲਬ ਉਹ ਆਪਣਾ ਰੋਲ ਕਰਦੇ ਆ। ਗੁਰੂ ਸਾਹਿਬ ਨੇ ਉੱਥੋਂ ਰੋਲ ਇਹ ਲੈ ਕੇ ਦੱਸਿਆ ਸੀ ਆਉਣ ਵਾਲੇ ਸਮੇਂ 'ਚ ਇੱਦਾਂ ਦੇ ਲੀਡਰ ਆ ਸਕਦੇ। ਦੂਜੇ ਨੰਬਰ 'ਤੇ ਇਹ ਮੈਂ ਨਾਂ ਲੈ ਦਿੰਦਾ ਵੀ ਘੱਗੇ ਨੇ ਟੇਪਾਂ ਦੇ ਵਿੱਚ ਕਿਹਾ ਹੋਇਆ ਆ ਵੀ ਗੁਰੂ ਦੀ ਕੋਈ ਇੰਨੀ ਕਿਰਪਾ ਨਹੀਂ ਸੀ ਉਹਦੇ 'ਤੇ, ਉਹ ਪਹਿਲੋਂ ਜੰਗਜੂਝ ਬੰਦਾ ਸੀ, ਉਹ ਬੜੀਆਂ ਫੌਜਾਂ 'ਚ ਰਿਹਾ ਹੋਇਆ ਸੀ, ਉਹਦੇ ਬਚਨ ਤੁਸੀਂ ਸੁਣ ਸਕਦੇ ਆ ਮਤਲਬ ਪਾਪੀ ਬੰਦੇ ਦੇ ਵੀ ਉਹ ਕੀ ਬੋਲਦਾ, ਅਤੇ ਕਿਉਂਕਿ ਉਹ ਗੁਰੂ ਨੂੰ ਗਲਤ ਕਰ ਦਿੰਦੇ ਆ ਬੰਦੇ ਦੀਆਂ ਢਿੱਲਾਂ ਛਪਾਉਣ ਵਾਸਤੇ। ਹਜੇ ਕਿ ਬੰਦਾ ਸਿੰਘ ਜੀ ਨੇ ਆਪ ਮੰਨਿਆ ਵੀ ਮੈਂ ਢਿੱਲਾਂ ਕੀਤੀਆਂ, ਬਾਕੀ ਹੁੰਦੀ ਆ ਵੀ ਦੁਨੀਆਂ ਦੇ ਵਿੱਚ ਆਪਣੀਆਂ ਪੋਲਸੀਆਂ ਇੰਸ਼ੋਰੈਂਸ ਦੀਆਂ ਚੱਲਦੀਆਂ, ਕਿਸੇ ਲਈ ਉਹ ਕੋਈ ਆ, ਕਿਸੇ ਲਈ ਕੋਈ ਆ, ਕਿਸੇ ਲਈ ਕੋਈ ਆ, ਇਹ ਨਹੀਂ ਵੀ ਕਹਿ ਸਕਦੇ ਇੰਸ਼ੋਰੈਂਸ ਵਾਲੇ ਇੱਦਾਂ ਨਹੀਂ ਕਰ ਸਕਦੇ। ਇਹ ਸਾਡੇ ਗੁਰੂ ਸਾਹਿਬ ਦੇ ਕਿਰਪ ਦੀ ਕਿਰਪਾ ਜਿਹੜੀ ਆ, ਗੁਰੂ ਨੇ ਕਿਸੇ ਨੂੰ ਪੁੱਛ ਗਿਆ, ਕਿਸੇ ਨੂੰ ਪੁੱਛ ਗਿਆ, ਸੰਤ ਜਰਨੈਲ ਸਿੰਘ ਉਹਨਾਂ ਨੂੰ ਗੁਰੂ ਨਾਨਕ ਨਿਵਾਸ 'ਤੇ ਬੈਠਿਆ ਇੱਦਾਂ ਦੇਖਿਆ,
ਐਲੀਗੇਸ਼ਨ ਲਾਉਂਦੇ ਸੀ। ਸੰਤ ਕਹਿਣ ਲੱਗੇ ਵੀ ਆਹ ਐਲੀਗੇਸ਼ਨ ਮੇਰੇ 'ਤੇ ਲਾਉਂਦੇ ਆ, ਪਰ ਕਹਿੰਦੇ ਮੈਂ ਦਾਸ ਨੂੰ ਮੈਂ ਟਕਸਾਲ ਦਾ ਸੂਲ ਆ, ਜਦੋਂ ਸੇਵਾ ਮਿਲ ਜਾਂਦੀ ਆਪਣੀ ਘਰ ਵਾਲੀ ਨਾਲ ਇੱਕ ਸਕਿੰਟ ਇਕੱਲਾ ਗੱਲ ਨਹੀਂ ਕਰ ਸਕਦਾ, ਕਿਉਂ ਇਹ ਟਕਸਾਲ ਦੇ ਮੁਖੀ ਵਾਸਤੇ ਆ। ਇਸ ਕਰਕੇ ਆਪਾਂ ਗੁਰੂ 'ਤੇ ਕੋਈ ਸ਼ੰਕਾ ਨਹੀਂ ਕਰਨੀ, ਗੁਰੂ ਨੇ ਜੋ ਕੀਤਾ ਉਹ ਚੜ੍ਹਦੀ ਕਲਾ 'ਚ ਕੀਤਾ ਆ, ਅਤੇ ਜੋ ਬੰਦਾ ਸਿੰਘ ਬਹਾਦਰ ਉਹਨਾਂ ਨੇ ਗੁਰੂ ਦੇ ਹੁਕਮ 'ਚ ਰਹਿ ਕੇ ਕੁਰਬਾਨੀ ਕੀਤੀ, ਭਾਵੇਂ ਗੁਰੂ ਮਾਰ ਦੇਵੇ, ਭਾਵੇਂ ਭੀਖ ਮੰਗਵਾ ਦੇ ਕੁਰਬਾਨੀ ਦੇ ਤੌਰ 'ਤੇ, ਜੋ ਮਰਜ਼ੀ ਕਰਾਈ ਜਾਵੇ, ਉਹ ਸੱਤ ਵਚਨ ਹੋਣਾ ਚਾਹੀਦਾ। ਅਤੇ ਬੰਦਾ ਸਿੰਘ ਬਹਾਦਰ ਜੀ ਨੂੰ ਅਸੀਂ ਲੱਖਾਂ ਵਾਰੀ ਪ੍ਰਣਾਮ ਕਰਦੇ ਹਾਂ, ਅਤੇ ਉਹਨਾਂ ਦੀ ਸ਼ਹੀਦੀ ਸਦਾ ਹੀ ਗਾਉਂਦੇ ਰਹਿੰਦੇ ਹਾਂ, ਅਤੇ ਮਾਰੇ ਕਿਰਪਾ ਕਰੂਗਾ। ਅਤੇ ਜਿਹੜੇ ਖਾੜਕੂ ਅੱਜ ਕੱਲ੍ਹ ਆਪਣੇ ਆਪ 30-40 ਸਾਲਾਂ ਵਿੱਚ ਹੋਏ ਆ, ਉਹਨਾਂ ਦੇ ਵੀ ਕੁਰਬਾਨੀਆਂ ਸਾਰੇ ਮਤਲਬ ਕਰਦੇ, ਪਰ ਜੇ ਕੋਈ 100 ਸਾਲ ਲੁਕੇ ਜੀ ਆਹ ਖੜਕੂ ਇੱਦਾਂ ਨਹੀਂ ਕਰ ਸਕਦਾ, ਇੰਨੇ ਇੱਦਾਂ ਕੀਤੀ ਨਹੀਂ, ਉਦੋਂ ਫਿਰ ਉਹ ਨੁਕਸਾਨ ਕਰਦੇ ਸਮਾਂ ਸਿੰਘਾਂ ਦਾ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਸੰਗਤ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੇ ਉਹ ਪੱਖ ਜਿਹੜੇ ਕਦੇ ਸਟੇਜਾਂ ਦੇ ਉੱਪਰ ਘੱਟ ਸੁਣਾਏ ਜਾਂਦੇ ਨੇ, ਉਹਨਾਂ ਦੇ ਉੱਪਰ ਜਾਣਕਾਰੀ ਦਿੱਤੀ ਜਾਵੇ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਸ਼ਹਾਦਤ ਨੂੰ, ਗੁਰੂ 'ਤੇ ਭਰੋਸੇ ਨੂੰ ਕੋਈ ਸ਼ੰਕਾ ਨਹੀਂ, ਕੋਈ ਸਵਾਲ ਨਹੀਂ, ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਵਾਰ ਵਾਰ ਕਸਵੱਟੀ ਲਾਈ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਹ ਸੇਧ ਮਿਲ ਸਕੇ ਕਿ ਜਿੰਨਾ ਚਿਰ ਅਸੀਂ ਗੁਰੂ ਦੇ ਆਸਰੇ ਅਨੁਸਾਰ ਉਹਦੀ ਛਤਰਛਾਇਆ ਦੇ ਹੇਠਾਂ, ਉਹਨਾਂ ਚਿਰ ਸਿੱਖ ਦਾ ਵਾਲ ਵੀ ਵੰਗਾ ਨਹੀਂ ਹੋ ਸਕਦਾ, ਅਤੇ ਜਦੋਂ ਅਸੀਂ ਗੁਰੂ ਦੀ ਛਤਰਛਾਇਆ ਦੀ ਹੇਠ ਤੋਂ ਬਾਹਰ ਨੂੰ ਨਿਕਲ ਤੁਰਦੇ ਹਾਂ ਤਾਂ ਸਤਿਗੁਰ ਉਸੇ ਵਕਤ ਜਿਹੜੀ ਆਪਣੀ ਕਿਰਪਾ ਜਿਹੜੀ ਉਹ ਸਿੱਖ ਤੋਂ ਵਾਪਸ ਲੈ ਲੈਂਦੇ ਨੇ। ਪਰ ਜੇਕਰ ਅਸੀਂ ਫਿਰ ਵੀ ਭੁੱਲ ਕੇ ਵੀ ਸਤਿਗੁਰ ਦੇ ਚਰਨਾਂ 'ਚ ਵਾਪਸ ਚਲੇ ਜਾਈਏ ਤਾਂ ਸਤਿਗੁਰ ਸਾਡਾ ਮਾਣ ਸਤਿਕਾਰ ਵਾਪਸ ਬਖਸ਼ ਦਿੰਦੇ ਨੇ। ਸੋ ਗੁਰੂ ਕਿਰਪਾ ਕਰਨ, ਹੋ ਸਕਦਾ ਹੈ ਕਿ ਸਾਡੇ ਤੋਂ ਕੋਈ ਸ਼ਬਦ ਉਚਾਰੀਵਾਂ ਵਰਤਿਆ ਗਿਆ ਹੋਵੇ ਜਾਂ ਕੋਈ ਐਸੀ ਗੱਲ ਜੋ ਆਪ ਜੀ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਉਹਦੀ ਖਿਮਾ ਚਾਹੁੰਦੇ ਹਾਂ। ਸੋ ਇੰਨੀ ਹੀ ਸੇਵਾ ਪ੍ਰਵਾਨ ਅਗਲੇ ਪ੍ਰੋਗਰਾਮਾਂ 'ਚ ਜਲਦ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।